ਵਾਹਿ ਸਲਵਾਨ ਜੋ ਗੁਰਸਵਾਰਿਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਦੀ ਗੁਰਮਤਿ ਕਲਾਸ ਵਿੱਚ ਜੋ ਔਨਲਾਈਨ ਅਸੀਂ ਲੰਬੇ ਸਮੇਂ ਤੋਂ ਲਗਾ ਰਹੇ ਹਾਂ ਸਿੱਖ ਵਿਸ਼ੇ ਕਾਲਜ ਲੁਧਿਆਣਾ ਵੱਲੋਂ ਕਲਾਸ ਚੱਲ ਰਹੀ ਹੈ ਆਪ ਸਾਰਿਆਂ ਨੂੰ ਜੀ ਆਇਆਂ ਸਿੱਖੀ ਬਾਣੀ ਭਗਤ ਕਬੀਰ ਜੀ ਦੀ ਜੋ ਦਿੱਤੀ ਹੋਈ ਵਿਚਾਰਕੀਤ ਜੀ ਬਾਣੀ ਹੈ ਉਸ ਦੀ ਲੜੀਬਾਰ ਵਿਚਾਰ ਅਸੀਂ ਕਰ ਰਹੇ ਹਾਂ ਬਾਅਦ ਨਖਰੀ ਤੋਂ ਬਾਅਦ ਨਾਲ ਲੱਗਦੀ ਇਹ ਬਾਣੀ ਸਹਿਬ ਫਿਰ ਗੁਰਸਬ ਮਹਾਰਾਜ ਦੇ ਪਾਵਨ ਤੇਰਸ ਉੱਤੇ ਧਾਰੀ ਤੇ ਸ਼ਿਸ਼ੋਭਤ ਹੈ 6 ਅੰਕਾਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ ਔਰ ਅ ਸਤਵੇਂ ਅੰਕ ਤੋਂ ਛਾਟ ਖਾਟ ਚੱਕਰ ਸਹੂ ਵਿਸਤਾਏ ਬਿਨ ਪਰਚੇ ਨਹੀਂ ਫਿਰਾ ਰਹਾਏ ਦੁਬਦਾ ਮੇਡ ਕਿਮਾ ਗੈ ਰਹੋ ਕਰਮ ਧਰਮ ਕੀ ਸੂਲ ਨਸ ਰਹੋ ਇਸ ਤੋਂ ਅੱਗੇ ਵਿਚਾਰ ਅਰੰਭ ਹੋਏਗੀ ਨੇ ਚਾਰ ਸੱਣਾ ਸੰਜੀ ਕਰ ਰਹੇ ਹਨ ਜਾਨੀ ਅਮਰਤਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਇਹ ਥਿੱਤੀ ਬਾਣੀ ਦੀ ਵਿਚਾਰ ਕਿ ਜੀ ਜੀ ਦੀ ਚਾਤ ਤੁਸੀਂ ਹੋਇਆ ਅਗਲੇ ਅਕ ਤੋਂ ਰਾਮਕਰ ਜਾਨੀ ਅਮਰਤਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਿੱਖ ਮਿਸ਼ਨੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਜੀਤ ਸਿੰਘ ਜੀ ਉਨ੍ਹਾਂ ਦੇ ਇਸ ਸਮੂੱਚੇ ਵਿਦਵਾਨਾਂ ਦੀ ਟੀਮ ਅਤੇ ਸਿੱਖਿਸ਼ਣੀ ਕਾਲਜਾਂ ਸੰਗਤਾਂ ਇਸ ਸਰਕਲ ਨਾਲ ਜੁੜੀਆਂ ਹੋਈਆਂ ਸੰਗਤਾਂ ਗੁਰਬਾਣੀ ਵਿਚਾਰ ਦੀ ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਜ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੰਤਨ ਸਤਕਾਰਯੋਗ ਸਵਾਗਤ ਕਬੀਰ ਜੀ ਦੇ ਪਾਵਨ ਮੁਖਾਰਜਿੰਦ ਤੋਂ ਉਚਾਰਨ ਸਿੱਤਿੰਗ ਬਾਣੀ ਦੀ ਅਸੀਂ ਵਿਚਾਰ ਦੇ ਨਾਲ ਸਾਂਝ ਪਾ ਰਹੇ ਹਾਂ ਜਿਹਦੇ ਵਿੱਚ 6 ਪਦਿਆਂ ਤੱਕ ਇਸ ਬਾਣੀ ਦੀ ਵਿਚਾਰ ਆਪ ਜੀ ਪਿਛਲੇ ਦਿਨੀ ਸਰਵਣ ਕਰ ਚੁੱਕੇ ਹੋ 7ਵੇਂ ਪਦੇ ਤੋਂ ਅੱਜ ਦੀ ਇਹ ਵਿਚਾਰ ਆਰੰਭ ਹੋਏਗੀ ਤੇ ਅੱਜ ਦੀ ਇਹ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਪਿਛਲਾ ਜਿਹੜਾ ਪਤਾ ਹੈ ਉਹਦੀ ਥੋੜੀ ਜੀ ਸੰਖੇਪ ਦੀ ਵਿਚਾਰ ਆਪ ਜੀ ਨਾਲ ਸਾਂਝ ਪਾ ਲਵਾਂ ਭਗਤ ਕਬੀਰ ਜੀ ਦੇ ਪਾਵਨ ਮੁਖਾਰਜਨ ਤੋਂ ਉਚਾਰਨ 6ਵੇਂ ਪਦੇ ਦੇ ਵਿੱਚ ਗਗ ਜੀ ਸਾਨੂੰ ਇਹ ਉਪਦੇਸ਼ ਕਰਕੇ ਗਏ ਸਨ ਪੰਚੇ ਪੰਚ ਤਤ ਵਿਸਥਾਰ ਕਿ ਪੰਜਵੀਂ ਥਿਤ ਦੇ ਵਿੱਚ ਇਸ ਗੱਲ ਨੂੰ ਸਮਝ ਲਓ ਕਿ ਪੂਰਾ ਜਗਤ ਪੰਜ ਤਤਾਂ ਦਾ ਵਿਸਥਾਰ ਹੈ ਪਰ ਇਸ ਜਗਤ ਵਿੱਚ ਕੀ ਹੋ ਰਿਹਾ ਹੈ ਕਨਿਕ ਕਾਮਨੀ ਜੁਗ ਵਿਵਹਾਰ ਕਨਿਕ ਮੈਨੇ ਧਨ ਦੌਲਤ ਸੋਨਾ ਚਾਂਦੀ ਪ੍ਰਾਪਰਟੀ इत्याਦਿਕ ਜ਼ਮੀਨ ਜਿਰਾਦ ਕਾਮਨੀ ਮੈਨੇ ਇਸਤਰੀ ਜੀਵ ਜਿਹੜਾ ਇਹ ਦੋ ਚੀਜ਼ਾਂ ਦੇ ਵਿੱਚ ਖਚਤ ਹੋ ਗਿਆ ਵਾਸਨਾਵਾਂ ਦੇ ਵਿੱਚ ਤੇ ਪਦਾਰਥਾਂ ਦੇ ਵਿੱਚ ਪ੍ਰੇਮ ਸੁਧਾਰਸ ਪੀਵੇ ਕੋਈ ਪਰ ਕੋਈ ਵਿਰਲਾ ਹੈ ਪ੍ਰੇਮ ਦਾ ਆਤਮਿਕ ਜੀਵਨ ਦੇਣ ਵਾਲਾ ਰਸ ਪੀਂਦਾ ਹੈ ਪ੍ਰੇਮ ਦੇ ਰਸ ਨੂੰ ਮੰਨਦਾ ਹੈ ਜਿਹੜਾ ਮਰਨ ਦੁੱਖ ਫੇਰ ਨਾ ਹੋਏ ਉਹਨੂੰ ਬੁਢਾਪਾ ਤੇ ਮੌਤ ਦਾ ਦੁੱਖ ਫਿਰ ਸਤਾਉਂਦਾ ਨਹੀਂ ਹੈ ਇਥੇ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ ਇਸ ਤੋਂ ਅਗਲੀ ਵਿਚਾਰ ਆਰੰਭ ਹੈ ਛੱਠ ਖੱਟ ਚੱਕਰ ਛਹੋਂ ਦਿਸਤਾਏ ਛੱਠ ਇਹਨੂੰ ਛੱਟ ਨਹੀਂ ਬੋਲਣਾ ਕਈ ਵਾਰੀ ਅਸੀਂ ਕਾਲੇ ਦੇ ਵਿੱਚ ਛੱਟ ਖੱਟ ਕਹਿ ਦਿੰਦੇ ਹਾਂ ਛੱਟ ਨਹੀਂ ਛੱਠ ਠੱਠੇ ਦੇ ਨਾਲ ਹੈ ਭਾਵ ਛੱਠਵੀਂ ਜਿਹੜੀ ਤਿਥ ਹੈ 6 ਤਰੀਕ ਜਿਹੜੀ ਹੈ ਦੇਸੀ ਮਹੀਨੇ ਦੀ ਜੋ ਕਿ ਚੰਦਰਮਾ ਦੀ ਤਰੀਕ ਹੈ ਉਦੇ ਬਾਰੇ ਭਗਤ ਕਬੀਰ ਜੀ ਅਸਾਨੂੰ ਉਪਦੇਸ਼ ਕਰ ਰਹੇ ਹਨ ਛੱਠ ਕਿ 6ਵੀਂ ਤਿਥ ਇਹ ਜ਼ਿੰਦਗੀ ਵਿੱਚ ਆ ਜਾਏ ਤੇ ਕੁਝ ਸਿੱਖ ਲੈ ਉਸ ਚੀਜ਼ ਤੋਂ ਕੀ ਸਿੱਖੀਏ ਜੀ ਖੱਟ ਚੱਕਰ ਛਹੁ ਦਿਸਤਾਏ ਛੱਟ ਖੱਟ ਖੱਟ ਦਾ ਅਰਥ ਹੁੰਦਾ ਛੇ ਖੱਟ ਦਾ ਭਾਵ ਹੈ ਛੇ ਤੇ ਇੱਥੇ ਛੇ ਜਿਹੜੇ ਜੇ ਹੈਗੇ ਨੇ ਇਹ ਜੋਗੀਆਂ ਵਾਲੇ ਚੱਕਰ ਨਹੀਂ ਖੱਟ ਚੱਕਰ ਛੇ ਚੱਕਰ ਇਥੇ ਜੋਗੀਆਂ ਵਾਲੇ 6 ਚੱਕਰਾਂ ਦਾ ਜ਼ਿਕਰ ਨਹੀਂ ਕਰ ਰਹੇ ਭਗਤ ਜੀ ਇਥੇ 6 ਚੱਕਰ ਦਾ ਭਾਵ ਹੈ ਪੰਜ ਗਿਆਨ ਇੰਦਰੀ ਤੇ 6ਵਾਂ ਜਿਹੜਾ ਹੈ ਸਾਡਾ ਮਨ ਹੈ ਇਹ ਕੋਲੋਗੇ ਤੇ 6 6 ਅੰਗ ਜਿਹਾ ਜਿਹੜਾ ਹੈ ਖੱਟ ਚੱਕਰ ਛਹੂ ਦਿਸਤਾਏ ਛਹੂ ਮਨ 6 ਦਿਸ਼ਾਵਾਂ 6 ਦਿਸ਼ਾਵਾਂ ਦੇ ਵਿੱਚ ਧਾਇ ਮਨੇ ਭਟਕਦਾ ਹੈ 6 ਦਿਸ਼ਾਵਾਂ ਕਿਹੜੀਆਂ ਨੇ ਪੂਰਬ ਪੱਛਮ ਉੱਤਰ ਦੱਖਣ ਚਾਰ ਚਾਰੋਂ ਦਿਸ਼ਾਵਾਂ ਤੇ ਇੱਕ ਉੱਪਰ ਇੱਕ ਥੱਲੇ ਇਹ ਛੇ ਦਿਸ਼ਾਵਾਂ ਪਈਆਂ ਨੇ 10 ਦਿਸ਼ਾਵਾਂ ਵੀ ਬਣਿਆ ਰਹੇ ਪੂਰਬ ਉੱਤਰ ਪੱਛਮ ਦੱਖਣ ਫਿਰ ਚਾਰ ਦਿਸ਼ਾਵਾਂ ਦੇ ਚਾਰ ਕੋਨੇ ਅਗਨੀ ਕੋਣ ਵੈਵੀ ਕੋਣ ਇਸ਼ਾਨ ਕੋਣ ਅਗਨੀ ਕੋਣ ਨੈਰੀਤਿਕ ਕੋਣ ਇਹ ਜਿਹੜੇ ਚਾਰ ਕੋਣ ਦਿਸ਼ਾਵਾਂ ਦੇ ਚਾਰ ਕੋਨੇ ਨੇ ਇਹ ਹੋਗੇ 8 ਇੱਕ ਉੱਪਰਲੀ ਦਿਸ਼ਾ ਇੱਕ ਥੱਲੇ ਵਾਲੋਂ 9 ਤੇ 10 ਗੁਰਬਾਣੀ ਵਿੱਚ ਵੀ 10 ਦਿਸ਼ਾਵਾਂ ਦਾ ਬਹੁਤ ਥਾਵਾਂ ਤੇ ਜ਼ਿਕਰ ਆਉਂਦਾ ਹੈ। ਦੇਹ ਇਸ ਛਤਰ ਮੇਗ ਕਟਾ ਕਟ ਦਮਨ ਚਮਕ ਡਰਾਇਓ। ਦੇਹ ਇਸ ਪਰ 11 ਦਿਸ਼ਾਂ ਦਾ ਵੀ ਜ਼ਿਕਰ ਆਉਂਦਾ ਹੈ। 10 ਦਿਸ਼ਾਵਾਂ ਤੇ ਹੀ ਹੋ ਗਈਆਂ 11ਵੀਂ ਦਿਸ਼ਾ ਕਿਹੜੀ ਹੈ? ਮਨੁੱਖ ਦਸਾਂ ਦਿਸ਼ਾਵਾਂ ਵਿੱਚ ਭਟਕਦਾ ਰੱਬ ਨੂੰ ਖੋਜਦਾ ਹੈ। ਕਦੀ ਜੰਗਲਾਂ ਪਹਾੜਾਂ ਦੇ ਵਿੱਚ ਕਦੀ ਅਸਮਾਨਾਂ ਪਥਲਾਂ ਦੇ ਵਿੱਚ ਪਰ ਉਹ 11ਵੀਂ ਦਿਸ਼ਾ 'ਚ ਕਦੀ ਗਿਆ ਨਹੀਂ ਹੈ। ਜੇ 11ਵੀਂ ਦਿਸ਼ਾ ਚ ਚਲਾ ਜਾਏ ਤੁਹਾਨੂੰ ਆਪ ਜਰੂਰ ਮਿਲ ਜਾਏ 11ਵੀਂ ਦਿਸ਼ਾ ਕਿਹੜੀ ਹੈ ਜਿੱਥੇ ਉਹ ਆਪ ਖੜੇ ਜਿੱਥੋਂ ਇਹ ਆਲੇ ਦੁਆਲੇ 10 ਦਿਸ਼ਾਵਾਂ ਗਿਣ ਰਿਹਾ ਹੈ ਜਿੱਥੇ ਉਹ ਆਪ ਖੜੇ ਉਹ ਆਪ ਸੈਂਟਰ ਹੈ ਇਸ ਕੈਨਾਤ ਦਾ ਹਰ ਮਨੁੱਖ ਪੂਰੀ ਕੈਨਾਤ ਦਾ ਆਪਣੇ ਆਪ ਚ ਸੈਂਟਰ ਹੈ ਜਿੱਥੇ ਉਹ ਖੜੇ ਉਹ ਆਪਣੇ ਅੰਦਰ ਚਾਤੀ ਮਾਰ ਕੇ ਦੇਖ ਲਵੇ ਤੇ ਸਮਝ ਪੈ ਜਾਏ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ इसे करके गुरु जी ने ते था था किया बंदे खोज दिल हर रोज ना फिर परेशानी है खोज नहीं नौनिध अमृत प्रभ का नाम दे इसका विश्राम मन मन रे फिर रहो मत कत जा ही जियो बार ढूंढत बहुत दुख पावे घर अमृत कट पाई जियो कट कटने हर जू बह संतन क्यों पुकार हर हिरदे चोई ते है दसा दिशावे बड़ा खोजिया पटकिया पर ग्यारहवीं दिशा च गया नहीं ਭਾਵ ਜਿੱਥੇ ਖੜਾ ਹੈ ਉੱਥੇ ਹੀ ਰੱਬ ਹੈ ਉੱਥੋਂ ਦੂਰ ਜਾਣ ਦੀ ਲੋੜ ਹੀ ਨਹੀਂ ਜਿੱਥੇ ਹੈ ਉੱਥੇ ਤੇ ਰੱਬ ਹੈ ਇਸੇ ਕਰਕੇ ਗੁਰਬਾਣੀ 'ਚ ਪ੍ਰਭੂ ਨੂੰ ਅਗੰਮ ਕਿਹਾ ਹੈ ਅਗੰਮ ਦਾ ਮਤਲਬ ਇਹ ਸੰਸਕ੍ਰਿਤ ਦਾ ਸ਼ਬਦ ਹੈ ਗਮਯ ਤੋਂ ਬਣਿਆ ਹੈ ਗਮਯ ਮੈਨੇ ਗਮਨ ਕਰਨਾ ਜਾਣਾ ਜਦੋਂ ਇਹਦੇ ਅੱਗੇ ਲੱਗ ਗਿਆ ਐਡਾ ਇਹ ਬਣ ਗਿਆ ਅਗੰਮ ਜਿੱਦੇ ਤੱਕ ਜਾਇਆ ਨਾ ਜਾ ਸਕੇ ਜਿੱਦੇ ਤੱਕ ਪਹੁੰਚਿਆ ਨਾ ਜਾ ਸਕੇ ਤੇ ਅਗੰਮ ਦਾ ਅਰਥ ਬਣ ਗਿਆ ਅਪਹੁੰਚ ਕੁੜਕ ਸਵਾਲ ਪੈਦਾ ਹੋਏਗਾ ਜੇ ਰੱਬ ਅਪਹੁੰਚ ਹੈ ਉਦੇ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ ਫਿਰ ਆ ਐਡੀ ਕਰਮ ਕਰਮ ਕਰਨ ਦੀ ਲੋੜ ਕੀ ਹੈ ਇਹਨੇ ਡੰਬਰ ਕਰ ਰਹੇ ਆ ਤਾਂ ਦਾ ਮਤਲਬ ਕੀ ਹੈ ਇਹਨਾਂ ਕੁਝ ਕਰ ਰਹੇ ਆ ਇਹਨਾਂ ਦਾ ਫਿਰ ਕੋਈ ਅਰਥ ਨਹੀਂ ਜਾਂਦਾ ਕਿਉਂਕਿ ਰੱਬ ਹੈ ਹੀ ਅਪਹੁੰਚ ਉਦੇ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ ਬਿਲਕੁਲ ਅਪਹੁੰਚ ਹੈ ਅਪਹੁੰਚ ਦਾ ਮਤਲਬ ਜਿੱਦੇ ਤੱਕ ਪਹੁੰਚਿਆ ਨਾ ਜਾ ਸਕੇ ਤੇ ਪਹੁੰਚਣ ਵਾਸਤੇ ਵਿਚਕਾਰ ਫਾਸਲਾ ਚਾਹੀਦਾ ਜਿੱਥੇ ਤੱਕ ਵੀ ਪਹੁੰਚਣਾ ਹੈ ਉਹਦੇ ਵਿੱਚਕਾਰ ਇੱਕ ਡਿਸਟੈਂਸ ਚਾਹੀਦਾ ਹੈ ਫਾਸਲਾ ਚਾਹੀਦਾ ਹੈ ਪ੍ਰਭੂ ਤੱਕ ਤਾਂ ਪਹੁੰਚੀਏ ਜੇ ਸਾਡੇ ਤੋਂ ਦੂਰ ਹੋਵੇ ਭਾਵੇਂ 1 ਇੰਚ ਹੀ ਦੂਰ ਕਿਉਂ ਨਹੀਂ ਹੈ ਦੂਰ ਤੇ ਦੂਰ ਹੈ ਨਾ ਫਾਸਲਾ ਤੇ ਫਾਸਲਾ ਹੈ ਭਾਵੇਂ ਇੱਕ ਸੂਤਰ ਦਾ ਹੈ ਭਾਵੇਂ ਇੱਕ ਮਿਲੀਮੀਟਰ ਦਾ ਹੈ ਫਾਸਲਾ ਤੇ ਫਾਸਲਾ ਹੈ ਜਿੱਥੇ ਸਾਡੇ ਤੋਂ ਅਲੱਗ ਹੈ ਫਿਰ ਤੇ ਉਹਦੇ ਤੱਕ ਪਹੁੰਚਿਆ ਜਾ ਸਕਦਾ ਹੈ ਪਰ ਉਹ ਸਾਡੇ ਤੋਂ ਅਲੱਗ ਹੈ ਹੀ ਨਹੀਂ ਸੀ ਪਹਿਲਾਂ ਹੀ ਪਹੁੰਚੇ ਹੋਏ ਆ ਤੇ ਜਿੱਥੇ ਪਹੁੰਚੇ ਹੋਏ ਆ ਉੱਥੇ ਤੱਕ ਪਹੁੰਚਣਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਪਹੁੰਚੇ ਹੀ ਹੋਏ ਆ ਇਸ ਕਰਕੇ ਪ੍ਰਭੂ ਆਪਾ ਪਹੁੰਚ ਉਹ ਤੱਕ ਪਹੁੰਚਣਾ ਨਹੀਂ ਪੈਂਦਾ ਕਿਉਂਕਿ ਪਹੁੰਚਣ ਵਾਸਤੇ ਵਿਚਕਾਰ ਫਾਸਲਾ ਚਾਹੀਦਾ ਹੈ ਜੀਵ ਮੰਨੀ ਬੈਠਾ ਮੈਂ ਅਲਗਾ ਤੇ ਰੱਬ ਵੱਖਰੇ ਪਰ ਗੁਰੂ ਜੀ ਕਹਿੰਦੇ ਇਹ ਵੱਖਰਾ ਨਹੀਂ ਹੈ ਰੱਬ ਜੀ ਸਮਾਇਆ ਹੋਇਆ ਤੇ ਰੱਬ ਇਹਦੇ ਚ ਹੀ ਸਮਾਇਆ ਹੋਇਆ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ ਸਮਾਇਆ ਹੋਇਆ ਲੋਗਾ ਪਰਮਨਾ ਪੂ ਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਉਸ ਰਬ ਠਾਈ ਸਮਾਈ ਹੋਣ ਇੱਕ ਦੂਜੇ ਚ ਇੱਕਮਿਕ ਹੈ ਇਸ ਕਰਕੇ ਰੱਬ ਆਪਾ ਪਹੁੰਚ ਹੈ ਉਦੇ ਤੱਕ ਪਹੁੰਚਣਾ ਨਹੀਂ ਪੈਂਦਾ ਪਹੁੰਚ ਹੀ ਹੋਏ ਹਾਂ ਮਨੁੱਖ ਕੋਈ ਚਾਰ ਦਿਸ਼ਾਵਾਂ ਵਿੱਚ ਲੱਭ ਲੱਭ ਰਿਹਾ ਕੋਈ ਛੇ ਦਿਸ਼ਾਵਾਂ ਵਿੱਚ ਲੱਭ ਰਿਹਾ ਕੋਈ ਦਸਾਂ ਦਿਸ਼ਾਵਾਂ ਵਿੱਚ ਲੱਭ ਲੱਭ ਰਿਹਾ 11ਵੀਂ ਦਿਸ਼ਾ ਉਹ ਆਪ ਹੈ ਆਪਣੇ ਆਪੇ ਅੰਦਰ ਝਾਤੀ ਨਹੀਂ ਮਾਰਦਾ ਆਪਣੇ ਆਪੇ ਅੰਦਰ ਖੋਜ ਨਹੀਂ ਕਰਦਾ ਉਹ ਇੱਥੇ ਭਗਤਕਬੀਰ ਜੀ ਛੇ ਦਿਸ਼ਾਵਾਂ ਦਾ ਜ਼ਿਕਰ ਕਰ ਰਹੇ ਜਦੋਂ ਛੱਟ ਛੱਠ ਭਾਵ 6 ਤਰੀਕ ਆਈ ਖਟ ਚੱਕਰ ਪੰਜ ਗਿਆਨ ਇੰਦਰੀ ਤੇ ਛੇواں ਮਨ ਚਹੂੰ ਦਿਸਤਾਏ ਇਹ ਛੋਮਾ ਦੇ ਸੱਚ ਭਾਵ ਛੇ ਨਿਸ਼ਾਨ ਦੇ ਵਿੱਚ ਇਹ ਜੀਵ ਭਟਕਦਾ ਫਿਰਦਾ ਹੈ ਅਗਣਾ ਵਿੱਚ ਭਟਕ ਰਿਹਾ ਹੈ ਜਿਹਦੇ ਇੰਦਰੀ ਵਿਕਾਰਾਂ ਚ ਫਸੇ ਹੋਏ ਨੇ ਤਨ ਕਰਕੇ ਮਨ ਕਰਕੇ ਦਾ ਮਨ ਵੀ ਵਿਕਾਰਾਂ ਚ ਫਸਿਆ ਹੋਇਆ ਹੈ ਪਦਾਰਥਾਂ ਵਿੱਚ ਵਿਕਾਰਾਂ ਵਿੱਚ ਲਾਲਚਾਂ ਦੇ ਵਿੱਚ ਭਟਕ ਰਿਹਾ ਹੈ ਚਹੂੰ ਦਿਸਤਾਏ ਛੀਆਂ ਦਿਸ਼ਾਵਾਂ ਵਿੱਚ ਅਗਣਾ ਕਰਕੇ ਭਟਕ ਰਿਹਾ ਹੈ ਤਨ ਕਰਕੇ ਵੀ ਭਟਕ ਰਿਹਾ ਤੇ ਮਨ ਕਰਕੇ ਵੀ ਭਟਕ ਰਿਹਾ ਹੈ ਮਨ ਦਾ ਮਨ ਕਰਕੇ ਵੀ ਦੁਖੀ ਹੈ ਤੇ ਤਨ ਕਰਕੇ ਵੀ ਦੁਖੀ ਹੈ ਤਨ ਕਰਕੇ ਵੀ ਤ੍ਰਿਪਤੀ ਨਹੀਂ ਅੱਖਾਂ ਰੱਜੀਆਂ ਨਹੀਂ ਕੰਨ ਨਿੰਦਿਆ ਚੁਗਲੀ ਸੁਣ ਕੇ ਰੱਜੇ ਨਹੀਂ ਜ਼ੁਬਾਨ ਪਦਾਰਥ ਖਾ ਖਰ ਜੀ ਨਹੀਂ ਹੱਥ ਬੁਰੇ ਕਰਮ ਕਰਕੇ ਰੱਜੇ ਨਹੀਂ ਹਨ ਤਨ ਕਰਕੇ ਵੀ ਤ੍ਰਿਪਤੀ ਨਹੀਂ ਆਈ ਮਨ ਕਰਕੇ ਵੀ ਸ਼ਾਂਤੀ ਨਹੀਂ ਆਈ ਮਨ ਕਰਕੇ ਵੀ ਵਿਕਾਰ ਜਿਹੜੇ ਨੇ ਉਹ ਗਏ ਨਹੀਂ ਬੁਰੇ ਵਿਚਾਰ ਗਏ ਨਹੀਂ ਵਿਸ਼ਾ ਵਿਕਾਰਾਂ ਵਿੱਚ ਇਹ ਪਟਕਦਾ ਫਰਦਾ ਹੈ ਦਿਨ ਪਰਚੈ ਨਹੀਂ ਥਿਰਾ ਰਹਾਏ ਬਿਨ ਪਰਚੈ ਬਿਨ ਪਰਚੈ ਮੈਨੇ ਜੁੜਨ ਤੋਂ ਬਿਨਾ ਫੇਰਾ ਮੈਨੇ ਟਿਕਾਓ ਰਹਾਏ ਮੈਨੇ ਰਹਿਣਾ ਬਿਨ ਪਰਚੈ ਜਦੋਂ ਤੱਕ ਪ੍ਰਭੂ ਦੇ ਗੁਣਾਂ ਦੀ ਯਾਦ ਵਿੱਚ ਪਰਚਦਾ ਨਹੀਂ ਹੈ ਰੱਬੀ ਗੁਣਾਂ ਦੇ ਵਿੱਚ ਜੁੜਦਾ ਨਹੀਂ ਹੈ ਬਿਨਾ ਪਰਚੰਤੋਂ ਜਿੰਨਾ ਚਿਰ ਰੱਬੀ ਗੁਣਾਂ ਚ ਜੁੜਦਾ ਨਹੀਂ ਜਿੰਨਾ ਚਿਰ ਪ੍ਰਭੂ ਵਿੱਚ ਇਕਮਿਕ ਹੁੰਦਾ ਨਹੀਂ ਹੈ ਉਹਨਾਂ ਚਿਰ ਬਿਨ ਪਰਚੈ ਨਹੀਂ ਠਿਰਾ ਰਹਾਏ ਨਹੀਂ ਠਿਰਾ ਮੈਨੇ ਠਿਰ ਨਹੀਂ ਟਿਕਾਉ ਨਹੀਂ ਰਹਾਏ ਮੈਨੇ ਰਹਿਦਾ ਨਹੀਂ ਟਿਕਾਉ ਨਹੀਂ ਰਹਦਾ ਪਟਕਣਾ ਬਣੀ ਹੀ ਰਹਿੰਦੀ ਹੈ ਉਹਨਾਂ ਚਿਰ ਟਿਕਾਅ ਚ ਨਹੀਂ ਆਂਦਾ ਪਟਕਦਾ ਹੀ ਰਹਿੰਦਾ ਹੈ ਪਟਕਣਾ ਬਣੀ ਹੀ ਰਹਦੀ ਹੈ ਪਟਕਣਾ ਉਦੋਂ ਬਣਦੀ ਹੈ ਜਦੋਂ ਮਨੁੱਖ ਦੀ ਜ਼ਿੰਦਗੀ ਦਾ ਕੋਈ ਨਿਸ਼ਾਨਾ ਨਾ ਹੋਵੇ ਇਹ ਉਹਦੋਂ ਪਟਕਣਾ ਬਣੀ ਰਹਿੰਦੀ ਹੈ ਜਦੋਂ ਜ਼ਿੰਦਗੀ ਦਾ ਕੋਈ ਨਿਸ਼ਾਨਾ ਨਹੀਂ ਹੈ ਗੋਲ ਨਹੀਂ ਏਮ ਨਹੀਂ ਹੈ ਇਸ ਤਰ੍ਹਾਂ ਪਟਕਦਾ ਜਿਵੇਂ ਬਿਨਾ ਹਮਲਾ ਬਿਨਾ ਚੱਕੂ ਤੂੰ ਕਿਸ਼ਤੀ ਪਟਕਦੀ ਹੈ ਦਰਿਆ ਦੀ ਇੱਕ ਲਹਿਰ ਆਈ ਕਿਸ਼ਤੀ ਨੂੰ ਧੂਕੇ ਕੇ ਪਾਸੇ ਲੱਗ ਗਈ ਦੂਜੀ ਲਹਿਰ ਆਈ ਧੂਕੇ ਦੂਜੇ ਪਾਸੇ ਲੱਗ ਗਈ ਉਹ ਕਿਸ਼ਤੀ ਭਟਕਦੀ ਫਿਰਦੀ ਹੈ ਦਰਿਆ ਦੇ ਵਿੱਚ ਉਹਨੂੰ ਟਿਕਾਉ ਨਹੀਂ ਹੈ ਫਰਜ ਦੋ ਉਹਦੇ ਵਿੱਚ ਕੋਈ ਮਲਾਹ ਸਵਾਰ ਹੋ ਜਾਂਦਾ ਚੱਪੂ ਫੜ ਲੈਂਦਾ ਉਸ ਕਿਸ਼ਤੀ ਦਾ ਏਮ ਬਣ ਜਾਂਦਾ ਹੈ ਮੈ ਦੂਸਰੇ ਕਿਨਾਰੇ ਤੇ ਜਾਣਾ ਹੈ ਉਦੋਂ ਫਿਰ ਉਹ ਜਿਹੜੀ ਕਿਸ਼ਤੀ ਹੈ ਹਜ਼ਾਰ ਲਹਿਰਾਂ ਨੂੰ ਪਾਰ ਕਰਕੇ ਘੁੰਮਣ ਕੇਰੀਆਂ ਨੂੰ ਪਾਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੀ ਹੈ ਪਟਕਣਾ ਹੈ Aim ਦਾ ਨਾ ਹੋਣਾ ਇਹਨੂੰ ਪਟਕਣਾ ਕਿਹਾ ਗੁਰਬਾਣੀ ਚ ਫਿਰ ਨਾ ਰਹਿਣਾ ਭਾਵ ਜ਼ਿੰਦਗੀ ਦਾ ਕੋਈ ਨਿਸ਼ਾਨਾ ਨਹੀਂ ਹੈ Aim ਨਹੀਂ ਹੈ ਉਹਨਾਂ ਚਿਰ ਮਨੁੱਖ ਪਟਕਦਾ ਫਿਰਦਾ ਹੈ ਹੋ ਸਕਦਾ ਹੈ ਮਨੁੱਖ ساری ਜ਼ਿੰਦਗੀ ਪਟਕਦਾ ਹੀ ਰਵੇ ਜੇ ਨਿਸ਼ਾਨਾ ਨਹੀਂ ਹੈ ਤੇ ਜਦੋਂ ਨਿਸ਼ਾਨਾ ਮਿਲ ਜਾਂਦਾ ਹੈ ਕਈ ਵਾਰੀ ਜੀਵਨ ਦੇ ਆਖਰੀ ਪੜਾਅ ਵਿੱਚ ਆ ਕੇ ਟਿਕ ਜਾਂਦਾ ਹੈ ਕਈ ਵਾਰੀ ਆਖਰੀ ਪੜਾਅ ਵਿੱਚ ਆ ਕੇ ਆਪਣੇ ਮੰਜ਼ਿਲ ਵੱਲ ਵੱਧ ਜਾਂਦਾ ਹੈ ਕੋਈ ਨਿਸ਼ਾਨਾ ਤੇ ਹੋਵੇ ਕੋਈ ਨਿਸ਼ਾਨਾ ਹੋਏਗਾ ਤਾਂ ਹੀ ਟਿਕੇਗਾ ਨਾ ਸਾਡੇ ਕੋਲ ਰੋਲ ਮਾਡਲ ਨੇ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿੰਨਾ ਚਿਰ ਏਮ ਨਹੀਂ ਸੀ ਨਿਸ਼ਾਨਾ ਨਹੀਂ ਸੀ ਉਹਨਾਂ ਚਿਰ ਤੀਰਥਾਂ ਤੇ ਯਾਤਰਾ ਵੀ ਕਰਦੇ ਰਹੇ দানਪੂਣ ਵੀ ਕਰਦੇ ਰਹੇ ਸਾਰੇ ਕਰਮਕੰਡ ਕਰਦੇ ਰਹੇ ਜ਼ਿੰਦਗੀ ਇਸੇ ਤਰ੍ਹਾਂ ਹੀ ਜ਼ਿੰਦਗੀ ਦੇ 62 ਸਾਲ ਗੁਜ਼ਰ ਗਏ ਤੇ 62 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੰਗਤ ਦੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਤਗੁਰੂ ਨੇ ਇੱਕ ਏਮ ਦੇ ਦਿੱਤਾ ਜ਼ਿੰਦਗੀ ਦਾ ਉਹ Aim ਹਰ ਇੱਕ ਸਿੱਖ ਦਾ ਹੋਣਾ ਚਾਹੀਦਾ ਹੈ ਤਾਂ ਹੀ ਪਟਕਣਾ ਖਤਮ ਹੋਏਗੀ ਇਹ Aim ਦੇ ਦਿੱਤਾ ਉਹ ਕਿਹੜਾ Aim ਹੈ ਜਿਹੜਾ ਗੁਰਮਰਦਾਸ ਪਾਤਸ਼ਾਹ ਜੀ ਨੇ ਧਾਰਨ ਕੀਤਾ ਔਰ ਸਾਡਾ ਉਹ Aim ਕਿਵੇਂ ਹੋਣਾ ਚਾਹੀਦਾ ਹੈ ਉਹ Aim ਹੈ ਕਿਮ ਸਚਿਆਰਾ ਹੋਈਏ ਕਿਮ ਕੂੜਾ ਟੁੱਟੇ ਪਾਲ ਟੁੱਟਦੀ ਦੀਵਾਰ ਕਿਵੇਂ ਟੁੱਟੇ ਤੇ ਅਸੀਂ ਸਚਿਆਰ ਕਿਵੇਂ ਬਣੀਏ ਆ ਨਿਸ਼ਾਨਾ ਹੈ ਤੇ ਜਿਨੇ ਸਚਿਆਰ ਹੋਣ ਨੂੰ ਗੋਲ ਬਣਾਇਆ ਹੈ ਉਹ ਜ਼ਿੰਦਗੀ ਚ ਕਦੀ ਭਟਕੇਗਾ ਨਹੀਂ ਕਿਉਂਕਿ ਉਹਦਾ ਇੱਕ ਗੋਲ ਹੈ ਇੱਕ ਨਿਸ਼ਾਨਾ ਹੈ ਫਿਰ ਉਪਰੀ ਮੰਜ਼ਲ ਵਾਲਾ ਬੰਦਾ ਹੈ। ਮਨ ਇੱਕ ਸਿਆਣਾ ਬੰਦਾ ਸੜਕ ਤੇ ਤੁਰਿਆ ਜਾ ਰਿਹਾ ਹੈ। ਇੱਕ ਕਮਲਾ ਬੰਦਾ ਉਹ ਵੀ ਸੜਕ ਤੇ ਤੁਰਿਆ ਜਾ ਰਿਹਾ ਹੈ। ਦੋਨੋਂ ਤੁਰ ਰਹੇ ਨੇ ਪਰ ਦੋਨਾਂ 'ਚ ਫਰਕ ਹੈ ਕੋਈ? ਹਾਂ ਦੋਨਾਂ 'ਚ ਬੜਾ ਫਰਕ ਹੈ। ਪਤਾ ਲੱਗ ਜਾਂਦਾ ਹੈ। ਸਿਆਣਾ ਬੰਦਾ ਸੜਕ ਤੇ ਤੁਰ ਰਿਹਾ ਹੈ ਕਿਵੇਂ ਪਤਾ ਲੱਗਦਾ ਕਿ ਉਹ ਸਿਆਣਾ ਹੈ? ਕਿਉਂਕਿ ਉਹਦੀ ਇੱਕ ਮੰਜ਼ਲ ਹੈ। ਉਹਨੇ ਆਪਣੇ ਘਰ ਵਿੱਚ ਜਾਣਾ ਹੈ। ਜੇ ਉਹਨੇ ਆਪਣੀ ਦੁਕਾਨ ਤੇ ਜਾਣਾ ਹੈ ਉਹਦਾ ਇੱਕ ਗੋਲ ਹੈ ਨਿਸ਼ਚਿਤ ਹੈ ਵੀ ਮੈਂ ਆਪਣੀ ਦੁਕਾਨ ਤੇ ਜਾਣਾ ਹੈ ਜਾਂ ਆਪਣੇ ਘਰ ਵਿੱਚ ਜਾਣਾ ਹੈ ਜਾਂ ਫੈਕਟਰੀ ਵਿੱਚ ਜਾਣਾ ਹੈ ਜਾਂ ਫਲਾਨੀ ਥਾਂ ਤੇ ਜਾਣਾ ਹੈ ਉਹਦਾ ਇੱਕ ਨਿਸ਼ਾਨਾ ਹੈ ਜਦੋਂ ਉਹ ਤੁਰਦਾ ਹੈ ਤੁਰ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਔਰ ਉਸ ਸੜਕਾਂ ਦੇ ਉੱਪਰ ਕਮਲਾ ਵੀ ਤੁਰਦਾ ਫਿਰਦਾ ਪਰ ਲੋਕ ਕਹਿੰਦੇ ਨੇ ਕਮਲਾ ਕਿਉਂ ਕਿਉਂਕਿ ਤਾਂ ਨਿਸ਼ਾਨਾ ਕੋਈ ਨਹੀਂ ਹੈ ਉਹਦੀ ਮੰਜ਼ਿਲ ਕੋਈ ਨਹੀਂ ਹੈ ਉਹ ਬਸ ਘੁੰਮ ਰਿਹਾ ਹੈ ਕਦੀ ਸੱਜੇ ਚਲਾ ਜਾਂਦਾ ਹੈ ਕਦੀ ਉੱਥੋਂ ਵਾਪਸ ਆ ਜਾਂਦਾ ਹੈ ਕਦੀ ਸਾਹਮਣੇ ਚਲਾ ਜਾਂਦਾ ਹੈ ਕਦੀ ਵਾਪਸ ਪਿੱਛੇ ਮੁੜ ਜਾਂਦਾ ਹੈ ਕਦੀ ਕਿੱਧਰ ਚਲਾ ਜਾਂਦਾ ਕਦੀ ਕਿੱਧਰ ਉਹ ਸੜਕ ਤੇ ਘੁੰਮਤੇ ਰਿਹਾ ਪਰ ਉਹਦੀ ਮੰਜ਼ਿਲ ਕੋਈ ਨਹੀਂ ਹੈ ਤੇ ਲੋਕ ਆਖਦੇ ਨੇ ਕਮਲ ਹੈ। ਉਹਨੂੰ ਪਤਾ ਹੀ ਨਹੀਂ ਮੇਰਾ ਘਰ ਕਿੱਥੇ ਹੈ ਉਹਨੂੰ ਆਪਣੇ ਘਰ ਦਾ ਨਹੀਂ ਪਤਾ। ਇਸ ਕਰਕੇ ਉਹਨੂੰ ਕਮਲਾ ਕਹਿ ਦਿੱਤਾ। ਧਰਮ ਦੀ ਦੁਨੀਆ ਦੇ ਵਿੱਚ ਵੀ ਜਿਹਨੂੰ ਅਜੇ ਤੱਕ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਹੀ ਨਹੀਂ ਪਤਾ ਆਪਣੇ ਘਰ ਦਾ ਹੀ ਨਹੀਂ ਪਤਾ ਮੇਰਾ ਘਰ ਕਿੱਥੇ ਹੈ। ਧਰਮ ਦੀ ਦੁਨੀਆ ਵਿੱਚ ਉਹ ਕਮਲਾ ਹੈ। ਸਿਆਣਾ ਕੌਣ ਹੈ? ਜਿਹੜਾ ਗੁਰੂ ਤੋਂ ਪੁੱਛ ਲੈਂਦਾ ਸਤਿਗੁਰੂ ਮੇਰਾ ਘਰ ਦੱਸੋ ਗੁਰੂ ਸ਼ਬਦ ਰਾਹੀਂ ਗਿਆਨ ਦਿੰਦਾ ਵੀ ਇੱਧਰ ਤੁਰਿਆ ਜਾ ਤੇਰਾ ਘਰ ਆ ਜਾਏਗਾ ਨਹੀਂ ਤੇ ਬਿਨ ਸ਼ਬਦ ਹੈ ਸਭ ਜਗ ਬੋਰਾ ਹਨ ਬਿਰਥਾ ਜਨਮ ਗਵਾਇਆ ਇਹ ਤੇ ਸ਼ਬਦ ਗੁਰੂ ਦੇ ਗਿਆਨ ਤੋਂ ਬਿਨਾ ਮਨਕ ਬੋਰਾ ਹੈ ਇਹਨੂੰ ਪਤਾ ਹੀ ਨਹੀਂ ਕਿੱਧਰ ਜਾਣਾ ਸ਼ਬਦ ਗੁਰੂ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਰਾ ਹਨ ਗੁਰੂ ਗਿਆਨ ਵੀ ਹੋਣੀ ਜ਼ਿੰਦਗੀ ਬੋਰਿਆਂ ਵਾਲੀ ਹੈ ਪਤਾ ਹੀ ਨਹੀਂ ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ ਜਿੰਦਗੀ ਦਾ ਨਿਸ਼ਾਨਾ ਕੋਈ ਨਹੀਂ ਹੈ ਔਟਕਣਾ ਹੈ ਤੇ ਜਦੋਂ ਗੁਰੂ ਦਾ ਗਿਆਨ ਮਿਲ ਜਾਂਦਾ ਹੈ ਇੱਕ ਨਿਸ਼ਾਨਾ ਮਿਲ ਜਾਂਦਾ ਹੈ ਫਿਰ ਮਨੁੱਖ ਆਪਣੀ ਮੰਜ਼ਿਲ ਵੱਲ ਵਧਿਆ ਜਾਂਦਾ ਹੈ ਬਾਬਾ ਅਮਰਦਾਸ ਜੀ ਨੂੰ ਅਜੇ ਗੁਰੂ ਨਹੀਂ ਸੀ ਬਣੇ ਬਾਬਾ ਨੇ ਬਾਬਾ ਅਮਰਦਾਸ ਜੀ ਨੂੰ 62 ਸਾਲ ਦੀ ਉਮਰ ਵਿੱਚ ਨਿਸ਼ਾਨਾ ਮਿਲ ਗਿਆ ਸੱਚਿਆਰ ਬਣਨੇ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ 10 ਸਾਲ ਅਧਿਐਨ ਕੀਤਾ ਗੁਰਬਾਣੀ ਨੂੰ ਵਿਚਾਰਿਆ ਗੁਰਬਾਣੀ ਨੂੰ ਸਮਝਿਆ ਤੇ ਜਿਵੇਂ ਜਿਵੇਂ ਉਹਨਾਂ ਨੇ ਗੁਰਬਾਣੀ ਨੂੰ ਸਮਝਿਆ ਗੁਰਬਾਣੀ ਦੀ ਵਿਚਾਰ ਕੀਤੀ ਉਹਨਾਂ ਨੂੰ ਬਹੁਤ ਕੁਝ ਪਤਾ ਚੱਲਿਆ ਉਹਨਾਂ ਨੂੰ ਸਮਝ ਪੈ ਗਈ ਪਟਕਣਾ ਖਤਮ ਹੋ ਗਈ ਉਹਨਾਂ ਨੂੰ ਕਿਸ ਗੱਲ ਦੀ ਸਮਝ ਪੈ ਗਈ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਕਿ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਦੇਵੀ ਦੇਵਤਿਆਂ ਨੇ ਕਦੀ ਕਿਸੇ ਦਾ ਕੁਝ ਨਹੀਂ ਸਵਾਰਿਆ ਇਹ ਸਿਰਫ ਉਹਨੋਖ ਦੀ ਕਲਪਨਾ ਨਹੀਂ ਇਕ ਅਕਾਲ ਪੁਰਖ ਨੂੰ ਜਾਣਿਆ ਜਾ ਸਕਦਾ ਹੈ ਨੰਗੇ ਪੈਰੀ ਤੀਰਥਾਂ ਤੇ ਯਾਤਰਾ ਕਰਨੀਆਂ ਤੀਰਥਾਂ ਦੇ ਇਸ਼ਨਾਨ ਕਰਨੇ ਦੇ ਅਰਥ ਨੇ ਵਰਤ ਰੱਖਣੇ ਕਰਮ ਕਾਂਡ ਨੇ ਬਿਨਾਂ ਅਰਥ ਵਿਚਾਰੇ ਸੋਚੇ ਸਮਝੇ ਤੋਤਾ ਰਟਣੀ ਪਾਠ ਕਰੀ ਜਾਣੇ ਕਰਮ ਕਾਂਡ ਦੇ ਬਿਨਾਂ ਸਮਝਣ ਤੋਂ ਬਿਨਾਂ ਵਿਚਾਰ ਤੋਂ ਜਿਹੜੇ ਪਾਠ ਕਰਨੇ ਇਹ ਤੋਤਾ ਰਟਣੀ ਪਾਠ ਨੇ ਜੇ ਸਮਝੇ ਵਿਚਾਰੇ ਨਹੀਂ ਤੇ ਕਰਮ ਕਾਂਡ ਬਣ ਜਾਂਦੇ ਨੇ ਇਹ ਸਰੀਰ ਨੂੰ ਕਸ਼ਟ ਦੇਣੇ ਧਾਰਮਿਕ ਵਸਤਰ ਪਾਣੇ ਤਿਲਕ ਲਾਣੇ ਮਾਲਾ ਫੇਰਨੀਆਂ ਇਹ ਸਾਰੇ ਵਿਅਰਥ ਦੇ ਕਰਮ ਕਾਂਡ ਨੇ ਕਿ ਇਹਨਾਂ ਕਰਮ ਕਾਂਡਾਂ ਨਾਲ ਰੱਬ ਕਦੀ ਵੀ ਪ੍ਰਾਪਤ ਨਹੀਂ ਹੁੰਦਾ ਉਹਦੇ ਲਈ ਕੀ ਕਰਨਾ ਪਏਗਾ ਉਹਦੇ ਲਈ ਸ਼ੁਭ ਗੁਣ ਧਾਰਨ ਕਰਨੇ ਪੈਣਗੇ ਸਤ ਸੰਤੋਖ ਦਇਆ ਧਰਮ ਤੀਰਜ ਧਾਰਨ ਕਰਨਾ ਪਏਗਾ ਵਾਰਾਗ ਨਿੱਕੀ ਗਿਆਨ ਸਚਾਈ ਨੂੰ ਧਾਰਨ ਕਰਨਾ ਪਏਗਾ ਜਦੋਂ 10 ਸਾਲ ਸਫਰ ਕੀਤਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਵਿਚਾਰਧਾਰਾ ਸਮਝ ਆਈ 10 ਸਾਲ ਉਹਦੇ ਉੱਪਰ ਅਮਲ ਕੀਤਾ ਅਮਲ ਕਰਕੇ ਜੇ ਤੂੰ ਸੱਚ ਤੇ ਅਮਲ ਕੀਤਾ ਸਚਿਆਰ ਹੋ ਗਏ ਦਇਆ ਤੇ ਅਮਲ ਕੀਤਾ ਦਇਆਲੂ ਹੋ ਗਏ ਨਿਰਪਉ ਨਿਰਵੈਰ ਤੇ ਅਮਲ ਕੀਤਾ ਨਿਰਪਉ ਨਿਰਵੈਰ ਹੋ ਗਏ ਬਖਸ਼ਣ ਤੇ ਅਮਲ ਕੀਤਾ ਬਖਸ਼ਿੰਦ ਹੋ ਗਏ ਪ੍ਰੇਮ ਤੇ ਅਮਲ ਕੀਤਾ ਪ੍ਰੇਮ ਨਾਲ ਭਰੇ ਗਏ ਸ਼ੁਭ ਗੁਣਾ ਨਾਲ ਭਰੇ ਗਏ ਔਰ 72 ਸਾਲ ਦੀ ਉਮਰ ਵਿੱਚ ਮੰਜ਼ਿਲ ਪ੍ਰਾਪਤ ਹੋ ਗਏ 73ਵੇਂ ਸਾਲ ਦੇ ਵਿੱਚ ਫਿਰ ਗੁਰਮ ਅੰਗਦ ਦੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਆ ਜਿਹੜੀ ਮੰਜ਼ਿਲ ਤੁਹਾਨੂੰ ਮਿਲੀ ਹੈ ਉਹਨੂੰ ਦੁਨੀਆਂ ਨੂੰ ਵੀ ਦਿਓ ਇਸ ਕੰਮ ਦੀ ਅਗਵਾਈ ਹੁਣ ਤੁਸੀਂ ਕਰੋ ਜਿੰਦਗੀ ਦਾ ਏਮ ਫਿਰ ਵੀ ਹੈ ਏਮ ਫਿਰ ਵੀ ਖਤਮ ਨਹੀਂ ਹੋਇਆ ਹੁਣ ਏਮ ਕੀ ਬਣ ਗਿਆ ਕਿ ਗੁਰੂ ਨਾਨਕ ਦੀਸ ਵਿਚਾਰ ਧਾਰਾ ਨੂੰ ਹੁਣ ਮੈਂ ਘਰ ਘਰ ਪਹੁੰਚਾਣੇ ਹੁਣ ਇਹ ਏਮ ਬਣ ਗਿਆ ਨਿਸ਼ਾਨਾ ਬਣ ਗਿਆ ਭਟਕਣਾ ਉਨਾਂ ਚਿਰ ਜਿੰਨਾ ਚਿਰ ਨਿਸ਼ਾਨਾ ਨਹੀਂ ਤੇ ਜਦੋਂ ਕੋਈ ਇਹ ਮੰਜ਼ਿਲ ਮਿਲ ਜਾਂਦੀ ਜਦੋਂ ਕੋਈ ਪਤਾ ਲੱਗ ਜਾਂਦਾ ਫਲਾਣੀ ਮੇਰੀ ਮੰਜ਼ਿਲ ਹੈ ਮਨੁੱਖ ਤੁਰਨਾ ਸ਼ੁਰੂ ਕਰ ਦਿੰਦਾ ਉਹਦੀ ਭਟਕਣਾ ਖਤਮ ਹੋ ਜਾਂਦੀ ਹੈ ਫਿਰ ਉਹ ਸਿਆਣੇ ਦੀ ਤਰ੍ਹਾਂ ਇੱਕ ਸਹੀ ਦਿਸ਼ਾ ਵੱਲ ਤੁਰਨਾ ਸ਼ੁਰੂ ਕਰ ਲੈਂਦਾ ਹੈ। ਕਮਲੇ ਨੂੰ ਪਤਾ ਨਹੀਂ ਕਿੱਧਰ ਜਾਣਾ ਹੈ ਕਿੱਧਰ ਨਹੀਂ ਜਾਣਾ ਉਹ ਕਮਲਾ ਹੈ। ਉਹਨੂੰ ਪਤਾ ਨਹੀਂ ਕੀ ਖਾਣਾ ਹੈ ਕੀ ਨਹੀਂ ਖਾਣਾ ਕੋਈ ਰੋਟੀ ਦੇ ਦੇਵੇ ਉਹ ਖਾ ਲੈਂਦਾ ਹੈ। ਕਾਫੂ ਸੱਗੇ ਪਿਆ ਵਿੱਚੋਂ ਕਿਉਂ ਮੁੱਛ ਪਾਲੰਦੈ। ਉਹਨੂੰ ਪਤਾ ਨਹੀਂ ਕੱਪੜੇ ਕਿਵੇਂ ਪਾਣੇ ਨੇ ਕੋਈ ਕੱਪੜੇ ਦੇ ਦੇਵੇ ਸਿੱਧੇ ਕੱਪੜੇ ਤੇ ਸਿੱਧੇ ਪਾਲੰਦੈ ਪੁੱਠੇ ਤੇ ਪੁੱਠੇ ਪਾਲੰਦੈ। ਸੱਗੇ ਪਾਸੇ ਪੈਰ ਵਾਲੀ ਜੁੱਤੀ ਖੱਬੇ ਪਾਲੰਦੈ ਖੱਬੇ ਵਾਲੀ ਜੁੱਤੀ ਪਰ ਸੱਜੇ ਚ ਪਾਲੰਦੈ। ਉਹਨੂੰ ਪਤਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ। ਕੋ ਦੋਂ ਹਸਨੇ ਕੋ ਦੂਰ ਹੋਣੇ ਹੱਸਦਾ ਤੇ ਹਸੀ ਜਾਂਦਾ ਐ ਰੋਂਦਾ ਤੇ ਰੋਈ ਜਾਂਦਾ ਜੋ ਮੋਆ ਬੋਲੀ ਚਲਾ ਜਾਂਦੇ ਸਾਡੀ ਜ਼ਿੰਦਗੀ ਧਰਮ ਦੀ ਦੁਨੀਆ ਚ ਬੋਰਿਆਂ ਵਾਲੀ ਹੋ ਜਾਂਦੀ ਐ ਜਦੋਂ ਸਾਨੂੰ ਪਤਾ ਨਹੀਂ ਕੀ ਬੋਲਣਾ ਕੀ ਨਹੀਂ ਬੋਲਣਾ ਸੱਚ ਵੀ ਬੋਲਦੇ ਆ ਝੂਠ ਵੀ ਬੋਲਦੇ ਕਦੀ ਸਿਫਤ ਵੀ ਕਰੀ ਜਾਂਦੇ ਆ ਕਦੀ ਨਿੰਦਿਆ ਚੁਗਲੀ ਵੀ ਕਰੀ ਜਾਂਦੇ ਪਤਾ ਨਹੀਂ ਕੀ ਖਾਣਾ ਕੀ ਨਹੀਂ ਖਾਣਾ ਤੰਦਰੁਸਤ ਭੋਜਨ ਵੀ ਖਾਈ ਜਾਂਦੇ ਆ ਲੋਕ ਨਸ਼ੇ ਵੀ ਕਰੀ ਜਾਂਦੇ ਨੇ ਸੱਚ ਵੀ ਸੁਣੀ ਜਾਂਦੇ ਨੇ ਝੂਠ ਵੀ ਸੁਣੀ ਜਾਂਦੇ ਨੇ ਗੁਰਬਾਣੀ ਵੀ ਸੁਣ ਲੈਂਦੇ ਨੇ ਗਾਣੇ ਵੀ ਸੁਣ ਲੈਂਦੇ ਨੇ ਸਿਫਤ ਵੀ ਸੁਣ ਲੈਂਦੇ ਨੇ ਤੇ ਤੁਕਲੀ ਵੀ ਸੁਣ ਲੈਂਦੇ ਨੇ ਪਤਾ ਨਹੀਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਭਟਕ ਰਹੇ ਨੇ ਗੁਰਦੁਆਰੇ ਵੀ ਆ ਜਾਂਦੇ ਨੇ ਠੇਕੇ ਤੇ ਵੀ ਚਲੇ ਜਾਂਦੇ ਨੇ ਗਲਤ ਪਾਸੇ ਵੀ ਚਲੇ ਜਾਂਦੇ ਨੇ ਪਤਾ ਨਹੀਂ ਹੱਥਾਂ ਨਾਲ ਕੀ ਕਰਨਾ ਹੈ ਕੀ ਨਹੀਂ ਹੱਥਾਂ ਨਾਲ ਸੇਵਾ ਵੀ ਕਰ ਲੈਂਦੇ ਨੇ ਹੱਥਾਂ ਨਾਲ ਗਰੀਬ ਦੀ ਜੇਬ ਵੀ ਕੱਟ ਲੈਂਦੇ ਨੇ ਕਿਸੇ ਨੂੰ ਮਾਰ ਵੀ ਦਿੰਦੇ ਨੇ ਇਹਦਾ ਮਤਲਬ ਪਟਕਣਾ ਹੈ ਜ਼ਿੰਦਗੀ 'ਚ ਅਜੇ ਇੱਕ ਦਿਸ਼ਾ ਨਹੀਂ ਮਿਲੀ ਬੀਕ ਕੰਨ ਨਾਲ ਕਰਨਾ ਕੀ ਹੈ ਕੰਨ ਨਾਲ ਸੁਣਨਾ ਕੀ ਹੈ ਜ਼ੁਬਾਨ ਨਾਲ ਬੋਲਣਾ ਕੀ ਹੈ ਹੱਥਾਂ ਨਾਲ ਕੀ ਕਰਨਾ ਹੈ ਅੱਖਾਂ ਨਾਲ ਕੀ ਦੇਖਣਾ ਹੈ ਪੈਰਾਂ ਨਾਲ ਕਿੱਧਰ ਜਾਣਾ ਹੈ ਅਜੇ ਨਿਸ਼ਾਨਾ ਨਹੀਂ ਮਿਲੇ ਆ ਪਟਕਣਾ ਹੈ ਕਿ ਕੋਈ ਇਹ ਨਾ ਸੋਚੇ ਹੁਣ ਤੇ ਜੀ ਕੋਈ ਫਾਇਦਾ ਨਹੀਂ ਜ਼ਿੰਦਗੀ ਚ ਏਮ ਬਣਾਉਣ ਦਾ ਉਮਰ ਤੇ ਲੰਘ ਗਈ ਹੁਣ ਤੇ 50 ਸਾਲ ਹੋ ਗਈ ਉਮਰ 60 ਸਾਲ ਹੋ ਗਈ ਹੁਣ ਕੀ ਕਰਾਂਗੇ ਅਜੇ ਵੀ ਕਰ ਸਕਦੇ ਆ ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਉਹ 62 ਸਾਲ ਦੀ ਉਮਰ ਚ ਆਪਣਾ ਨਿਸ਼ਾਨਾ ਬਣਾ ਸਕਦੇ ਨੇ ਗੋਲ ਬਣਾ ਸਕਦੇ ਨੇ 72 ਸਾਲ ਦੀ ਉਮਰ ਚ ਮੰਜ਼ਲ ਤੇ ਪਹੁੰਚ ਸਕਦੇ ਨੇ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਤੇ ਉਸ ਗੁਰੂ ਦੇ ਪੂਰਨਿਆ ਤੇ ਚੱਲਨੇ ਆ ਨਾ ਸਾਡੀ ਜ਼ਿੰਦਗੀ ਦਾ ਆਦਰਸ਼ ਗੁਰਮਰਦਾਸ ਪਾਤਸ਼ਾਹ ਹੋ ਸਾਡਾ ਰੋਲ ਮਾਡਲ ਗੁਰਮਰਦਾਸ ਪਾਤਸ਼ਾਹ ਹੋ ਜਿਨ੍ਹਾਂ ਦੀ ਉਮਰ ਲੰਘ ਰਹੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਇਹ ਨਹੀਂ ਕਿ ਜਵਾਨ ਕਹਿੰਦੇ ਵੀ ਅਸੀਂ ਨੂੰ 60 ਸਾਲ ਦੀ ਉਮਰ ਚ ਜਾ ਕੇ ਗੋਲ ਦੇਖਾਂਗੇ ਜਿਹੜਾ ਜਿਸ ਉਮਰ ਵਿੱਚ ਹੈ ਉਹ ਉਸ ਉਮਰ ਤੋ ਹੀ ਚੱਲ ਸਕਦਾ ਹੈ ਅਜੂ ਕੱਚ بگੜਿਓ ਨਹੀਂ ਜੋ ਪ੍ਰਭ ਗੁਣ ਕਰੇ ਇਸ ਕਰਕੇ ਮਕਸਰ ਇਹ ਕਹਿਣਾ ਹੋਣਾ ਵੀ ਤਿੰਨ ਗੱਲਾਂ ਆਪਣੇ ਆਪ ਨਾਲ ਕਰੋ ਤਿੰਨ ਸਵਾਲ ਆਪਣੇ ਆਪ ਨਾਲ ਕਰੋ ਜੇ ਜ਼ਿੰਦਗੀ ਚ ਟਿਕਾਓ ਲੈਣਾ ਹੈ ਠਿਰਾ ਲੈਣਾ ਹੈ ਜੇ ਜ਼ਿੰਦਗੀ ਵਿੱਚ ਟਿਕਾਓ ਹਾਸਲ ਕਰਨਾ ਹੈ ਮੰਜ਼ਿਲ ਲੈਣੀ ਹੈ ਤਿੰਨ ਸਵਾਲ ਆਪਣੇ ਆਪ ਨੂੰ ਕਰੋ ਅੱਜ ਮੈਂ ਕੀ ਹਾਂ ਹੁਣ ਨਾ ਕੀ ਹਾਂ ਕੀ ਕੀ ਗੈਨ ਕੀਤਾ ਹੈ ਮੈਂ ਕੀ ਕੀ ਅੱਜ ਤੱਕ ਹਾਸਲ ਕੀਤਾ ਇਸ ਉਮਰ ਦੇ ਵਿੱਚ ਚਾਹੇ ਮੈਂ ਬੱਚਾ ਵਾਂ ਚਾਹੇ ਮੈਂ ਜਵਾਨਾਂ ਚਾਹੇ ਮੈਂ ਬਜ਼ੁਰਗਾਂ ਕੀ ਕੀ ਪ੍ਰਾਪਤ ਕੀਤਾ ਇਸ ਪ੍ਰਾਪਤੀ ਦੇ ਵਿੱਚ ਤੁਹਾਨੂੰ ਦੌਲਤ ਵੀ ਆ ਜਾਂਦੀ ਹੈ ਜ਼ਮੀਨ ਜਾਇਦਾਦ ਵੀ ਆ ਜਾਂਦੀ ਹੈ ਤੁਹਾਡੇ ਗੁਣੋਗੁਣ ਵੀ ਆ ਜਾਂਦੇ ਨੇ ਮੈਂ ਕੀ ਪ੍ਰਾਪਤ ਕੀਤਾ ਲੋਕ ਮੈਨੂੰ ਕ੍ਰੋਧੀ ਕਹ ਕੇ ਬੁਲਾਉਂਦੇ ਨਹੀਂ ਜਾਂ ਸ਼ਾਂਤ ਸ਼ਾਂਤ ਪੁਰਸ਼ ਕਹਿੰਦੇ ਨੇ ਲੋਕ ਮੈਨੂੰ ਕੀ ਕਹਿੰਦੇ ਨੇ ਦਇਆਮਨ ਕਹਿੰਦੇ ਨੇ ਜਾਂ ਜ਼ਾਲਮ ਕਹਿੰਦੇ ਨੇ ਲੋਕ ਕੀ ਕਹਿੰਦੇ ਨੇ ਫਲਾਣਾ ਆਦਮੀ ਤੇ ਬੜਾ ਨਫ਼ਰਤ ਕਰਦਾ ਹੀ ਰਖਾਲੂ ਵੈ ਇਹ ਕਹਿੰਦੇ ਨੇ ਜਾਂ ਫਲਾਣਾ ਆਦਮੀ ਬੜਾ ਚੰਗਾ ਹੈ ਹੁਣ ਮੈਂ ਕੀ ਹਾਂ ਮੈਂ ਆਪਣੀ ਇਮੇਜ ਕਿਸ ਤਰ੍ਹਾਂ ਦੀ ਦੁਨੀਆ ਸਾਹਮਣੇ ਬਣਾ ਲਈ ਹੋਈ ਹੈ ਜੇ ਚੰਗੀ ਹੈ ਤੇ ਵਾਹ ਵਾਹ ਤੇ ਜੇ ਬੁਰੀ ਹੈ ਮੈਂ ਆਪਣੀ ਇਮੇਜ ਨੂੰ ਬਦਲ ਸਕਦਾ ਵਾਂ ਫਿਰ ਦੂਜਾ ਸਵਾਲ ਇਹ ਕਰੋ ਕਿ ਫਿਰ ਮੈਂ ਬੜਨਾ ਕੀ ਚਾਹੁੰਦਾ ਮੈਂ ਮੇਰੀ ਮੰਜ਼ਿਲ ਕੀ ਹੈ ਮੇਰਾ ਗੋਲ ਕੀ ਹੋਵੇ ਮੇਰਾ ਨਿਸ਼ਾਨਾ ਕੀ ਹੋਵੇ ਅਗਲੇ 5 ਸਾਲ ਦੇ ਵਿੱਚ ਅਗਲੇ 10 ਸਾਲ ਦੇ ਵਿੱਚ ਜੇ ਮੇਰੀ ਉਮਰ ਹੋਈ ਤੇ ਜਾਂ ਅਗਲੇ 1 ਸਾਲ ਦੇ ਵਿੱਚ 1 ਮਹੀਨੇ ਦੇ ਵਿੱਚ ਮੈਂ ਬੜਨਾ ਕੀ ਚਾਹੁੰਦਾ ਹਾਂ ਮੇਰੀ ਜ਼ਿੰਦਗੀ ਦਾ ਆ ਏਮ ਹੈ ਆ ਨਿਸ਼ਾਨਾ ਹੈ ਤੀਜਾ ਸਵਾਲ ਆਪਣੇ ਆਪ ਨਾਲੇ ਕਰੋ ਕਿ ਜੇ ਮੈਂ ਆਪ ਬਣਨਾ ਚਾਹਨਾ ਤੇ ਇਸ ਮੰਜ਼ਲ ਤੱਕ ਮੈਂ ਕਿਵੇਂ ਪਹੁੰਚ ਸਕਦਾ ਹਾਂ ਕਿਹੜੇ ਸਾਧਨ ਦੇ ਰਾਹੀਂ ਪਹੁੰਚ ਸਕਦਾ ਕਿਹੜੇ ਤਰੀਕਿਆਂ ਦੇ ਨਾਲ ਮੈਂ ਇਸ ਅਵਸਥਾ ਤੇ ਪਹੁੰਚ ਸਕਦਾ ਹਾਂ ਕਿ ਲੋਕ ਧਰਮੀ ਕਹਿਣ ਲੋਕ ਸੱਚਾ ਕਹਿਣ ਲੋਕ ਮੈਨੂੰ ਇਮਾਨਦਾਰ ਕਹਿਣ ਲੋਕ ਮੈਨੂੰ ਗੁਰੂ ਨਾਨਕ ਦਾ ਪਿਆਰਾ ਸਿੱਖ ਕਹਿਣ ਲੋਕ ਮੈਨੂੰ ਧਰਮੀ ਕਹਿਣ ਕੋਈ ਵੀ ਆਪਣੀ ਮੰਜ਼ਲ ਬਣਾ ਸਕਦੇ ਹੋ ਕੋਈ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਕੋਈ ਡਾਕਟਰ ਬਣਾ ਸਕਦਾ ਆਪਣਾ ਨਿਸ਼ਾਨਾ ਕੋਈ ਇੰਜੀਨੀਅਰ ਬਣਾ ਸਕਦਾ ਹੈ इस तरह धर्मी आदमी कह सकता है कि मैं शांतमी बनना है मैं दयालु बनना है मैं निरवैर बनना है मैं अपनी जिंदगी धर्मी बनना है यह तीन सवाल अपने आप करो जो भटकना खत्म करनी जिंदगी बच्चों अज हम मैं की हाँ आने वाले समय मैं इन्ने समय तक मैं की बनना चाहना समा निश्चित करो तो तीजा उस अवस्था तक मैं किमें पहुंच सकता हाँ उसकी साधन की ने ਤੇ ਜਦੋਂ ਵੀ ਗੋਲ ਬਣਾਣਾ ਹੋਵੇ ਨਿਸ਼ਾਨਾ ਬਣਾਣਾ ਹੋਵੇ ਨਿਸ਼ਾਨਾ ਹਮੇਸ਼ਾ ਇੱਕ ਹੁੰਦਾ ਮੰਨੋ ਤੀਰ ਕਮਾਨ ਫੜਿਆ ਹੋਇਆ ਹੈ ਚਿੱਲਾ ਖਿੱਚਿਆ ਤੀਰ ਪੂਰਾ ਖਿੱਚਿਆ ਹੋਇਆ ਹੈ ਤੇ ਸਾਹਮਣੇ ਦੋ ਨਿਸ਼ਾਨੇ ਹੋਣ ਤੇ ਤੀਰ ਨਾ ਸੱਜੇ ਲੱਗੇਗਾ ਨਾ ਖੱਬੇ ਲੱਗੇਗਾ ਨਿਸ਼ਾਨਾ ਇੱਕ ਹੋਣਾ ਚਾਹੀਦਾ ਦੋ ਨਹੀਂ ਤਿੰਨ ਨਹੀਂ ਮੰਜ਼ਲ ਇੱਕ ਹੋਣੀ ਚਾਹੀਦੀ ਹੈ ਦੋ ਤਿੰਨ ਮੰਜ਼ਲਾ ਨਹੀਂ ਹੋਣੀਆਂ ਚਾਹੀਦੀਆਂ ਕਿ ਸੱਜੇ ਜਾਵਾਂ ਕਿ ਖੱਬੇ ਜਾਵਾਂ ਕਿ ਸਿੱਧਾ ਜਾਵਾਂ ਨਿਸ਼ਾਨਾ ਇੱਕ ਜਿਹੜੇ ਲੋਕ ਖਰਗੋਸ਼ ਪਕੜਦੇ ਨੇ ਉਹ ਇੱਕ ਹਿੰਟ ਦੰਦੇ ਨੇ ਦੁਨੀਆ ਨੂੰ ਉਹ ਆਖਦੇ ਨੇ ਜਦੋਂ ਵੀ ਖਰਗੋਸ਼ ਫੜੋ ਸ਼ਿਕਾਰੀ ਜਦੋਂ ਖਰਗੋਸ਼ ਫੜਦਾ ਹੈ ਤੇ ਉਹਦੇ ਲਈ ਇੱਕ ਬੇਸਿਕ ਜਿਹੜਾ ਗੁਣ ਕੀ ਹੁੰਦਾ ਹੈ ਉਹ ਇਹ ਸਿਖਾਂਦਾ ਹੈ ਕਿ ਜਦੋਂ ਖਰਗੋਸ਼ ਫੜਨਾ ਹੋਵੇ ਉਦੋਂ 2 3 4 ਖਰਗੋਸ਼ਾਂ ਪਿੱਛੇ ਇਕੱਠੇ ਨਾ ਭਜੋ ਸਿਰਫ ਇੱਕ ਖਰਗੋਸ਼ ਪਿੱਛੇ ਭਜੋ ਬਾਕੀ ਨੂੰ ਛੱਡ ਦਿਓ ਇੱਕ ਪਿੱਛੇ ਭਜਦੇ ਰਹੋਗੇ ਆਖਰੋ ਵੀ ਭਜਦਾ ਥੱਕ ਜਾਏਗਾ ਤੇ ਤੁਸੀਂ ਫੜ ਲਓਗੇ ਦੋ ਖੁਰਗੋਸ਼ਾਂ ਪਿੱਛੇ ਤਿੰਨ ਪਿੱਛੇ ਨਾ ਪਜੋ ਸਿਰਫ ਇੱਕ ਪਿੱਛੇ ਪਜੋ ਤਾਂ ਨਿਸ਼ਾਨਾ ਇੱਕ ਟਾਈਮ ਤੇ ਇੱਕੋ ਹੀ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਮੰਜ਼ਿਲ ਤੇ ਪਹੁੰਚੋਗੇ ਤੀਰ ਦਾ ਨਿਸ਼ਾਨਾ ਲਾਣੇ ਤੇ ਨਿਸ਼ਾਨਾ ਇੱਕ ਹੋਵੇ ਇਸ ਕਰਕੇ ਅਸੀਂ ਕਈ ਵਾਰੀ ਸੋਚਦੇ ਆਹ ਵੀ ਕੰਮ ਕਰ ਲਈਏ ਉਹ ਵੀ ਨਾਲ ਹੀ ਕਰ ਲਈਏ ਆਹ ਵੀ ਕਰ ਲਈਏ ਬੰਦਾ ਕਿਸੇ ਪਾਸੇ ਵੀ ਪੂਰਾ ਨਹੀਂ ਪੈਂਦਾ ਹੈਗਾ ਨਿਸ਼ਾਨਾ ਇੱਕ ਹੋਵੇ ਉਹ ਨਿਸ਼ਾਨਾ ਕਿਹੜਾ ਹੋਵੇ ਜੇ ਇੱਕ ਨਿਸ਼ਾਨਾ ਲੈਣਾ ਤੇ ਗੁਰੂ ਨਾਨਕ ਸਾਹਿਬ ਜਿਨੇ ਸਭ ਤੋਂ ਕੀਮਤੀ ਨਿਸ਼ਾਨਾ ਮਨੁੱਖਤਾ ਦੇ ਸਾਹਮਣੇ ਰੱਖਿਆ ਹੈ ਉਹ ਹੈ ਕਿਮ ਸਚਿਆਰਾ ਹੋਈ ਸਚਿਆਰ ਕਿਵੇਂ ਬਣ ਜਾਈਏ ਸਾਡਾ ਹਰ ਕਰਮ ਸੱਚ ਦੀ ਕਸਵੱਟੀ ਤੇ ਪੂਰਾ ਹੋਵੇ ਸੱਚ ਨੂੰ ਆਧਾਰ ਬਣਾ ਕੇ ਅਸੀਂ ਆਪਣੇ ਫਰਜ਼ਾਂ ਨੂੰ ਪੂਰੇਆ ਸ਼ੁਰੂ ਕਰ ਦਈਏ ਕਿ ਜਿਹੜਾ ਵੀ ਫਲਸਫਾ ਪੂਰਾ ਕਰਨਾ ਹੈ ਆਧਾਰ ਸੱਚ ਹੋਵੇ ਕਿਵੇਂ ਸਚਿਆਰਾ ਹੋਈ ਹੈ ਆ ਇੱਕ ਨਿਸ਼ਾਨਾ ਜਦੋਂ ਹੋਏਗਾ ਸਾਡੀ ਜ਼ਿੰਦਗੀ ਵਿੱਚ ਤੇ ਅਸੀਂ ਕਿਉਂ ਨਹੀਂ ਪਹੁੰਚਾਂਗੇ ਇਸ ਕਰਕੇ ਬਿਨਾਂ ਪਰਚੰਤੋਂ ਟਿਕਾਉ ਨਹੀਂ ਹੋਣਾ ਬਿਨਾਂ ਗੋਲ ਕੋਈ ਬਣਾਇਆ ਬਿਨਾਂ ਨਿਸ਼ਾਨਾ ਬਣਾਇਆ ਥਿਰਤਾ ਨਹੀਂ ਆਏਗੀ ਬਿਨ ਪਰਚੇ ਨਹੀਂ ਥਰਾ ਰਹਾਏ ਇਹ ਪਟਕੜਾ ਹੀ ਬਣੀ ਰਹੇਗੀ ਮਰਨ ਤੱਕ ਮੈਂ ਆ ਵੀ ਬੜਨਾ ਸੀ ਮੈਂ ਉਹ ਵੀ ਬੜਨਾ ਸੀ ਮੈਂ ਆ ਵੀ ਕਰਨਾ ਸੀ ਕਰ ਕੁਛ ਵੀ ਨਹੀਂ ਸਕਿਆ ਬਚਪਨ ਤੋਂ ਇਸ਼ਾਵਾਂ ਜ਼ਿਆਦਾ ਹੁੰਦੀਆਂ ਨੇ ਵੱਡੇ ਹੁੰਦਿਆਂ ਤੱਕੜਦੀਆਂ ਚਲੀਆਂ ਜਾਂਦੀਆਂ ਨੇ ਲੋਮੜੀ ਵਾਲੀ ਹਾਲਤ ਹੋ ਜਾਂਦੀ ਹੈ ਸਵੇਰ ਹੋਈ ਲੋਮੜੀ ਬਾਹਰ ਨਿਕਲੀ ਸੂਰਜ ਉਰ ਵਾਲੇ ਪਾਸਿਓ 78 ਤੇ ਲੰਮਾ ਸਾਰਾ ਇਹਨੂੰ ਆਪਣਾ ਪਰਸ਼ਾਵਾਂ ਨਜ਼ਰ ਆਇਆ ਇਹਨੇ ਸੋਚਿਆ ਮੈਂ ਇੰਨੀ ਵੱਡੀ ਆ ਮੈਨੂੰ ਭੁੱਖ ਲੱਗੀ ਐ ਘੱਟੋ ਘੱਟ ਇੱਕ ਊਂਟ ਚਾਹੀਦਾ ਐ ਭਰਜਣ ਵਾਸਤੇ ਜਿਉਂ ਸਵੇਰ ਤੋਂ ਊਂਟ ਲੱਭਣਾ ਸ਼ੁਰੂ ਕੀਤਾ ਲੱਭਦੇ ਲੱਭਦੇ ਦੁਪਹਿਰ ਹੋ ਗਈ ਊਂਟ ਤੇ ਲੱਭਿਆ ਨਹੀਂ ਕੁਦਰਤੀ ਤੱਬ ਤੱਕ ਸਿਰ ਦੇ ਉੱਪਰ ਆ ਗਿਆ ਸੂਰਜ ਤੇ ਪਰਸ਼ਾਵਾਂ ਬਿਲਕੁਲ ਛੋਟਾ ਜਿਹਾ ਰਹਿ ਗਿਆ ਧਿਆਨ ਇਹਦਾ ਪਰਸ਼ਾਵੇ 'ਤੇ ਲੱਗ ਗਿਆ ਛੋਟਾ ਜਿਹਾ ਪਰਸ਼ਾਵਾਂ ਕਹਿੰਨ ਕਿ ਹਾਂ ਮੈਂ ਤੇ ਇੰਨੀ ਬਹੁਤ ਛੋਟੀ ਐ ਮੈਂ ਤੇ ਨਵੇਂ ਉੱਠ ਲੱਭਦੀ ਫਿਰਦੀਆਂ ਮੇਰਾ ਤੇ ਚੂਹੇ ਨਾਲੇ ਦੀ ਸਰ ਜਾਏਗਾ ਇਹ ਹਾਲ ਮਨੁੱਖ ਦੀ ਹੈ ਬਚਪਨ ਵਿੱਚ ਬੜੀਆਂ-ਬੜੀਆਂ ਇਸ਼ਾਵਾਵਾਂ ਹੁੰਦੀਆਂ ਨੇ ਮੈਂ ਦੁਨੀਆ ਚ ਆ ਵੀ ਕਰ ਦਿਆਂਗਾ ਉਹ ਵੀ ਕਰ ਦਿਆਂਗਾ ਆ ਵੀ ਬਣ ਜਾਗਾ ਉਹ ਵੀ ਬਣ ਜਾਗਾ ਮੈਂ ਦੁਨੀਆ ਬਦਲ ਦਿਆਂਗਾ ਇਹ ਗੱਲ ਵੱਖਰੀ ਵੀ ਇੱਕ ਸਮਾਂ ਹੁੰਦਾ ਹੈ ਘਰ ਦਾ ਚੈਨਲ ਨਹੀਂ ਬਦਲ ਸਕਦਾ ਆਪਣੀ ਮਰਜ਼ੀ ਨਾਲ ਜਿਹੜਾ ਦੁਨੀਆ ਬਦਲਣ ਦੀ ਗੱਲ ਕਰ ਰਿਹਾ ਹੁੰਦਾ ਹੈ ਜਿਵੇਂ-ਜਿਵੇਂ ਬੁਢਾਪਾ ਵੱਲ ਜਾਂਦਾ ਨੇ ਛਾਵੇਂ ਹੋਰ ਕੱਟ ਜਾਂਦੀਆਂ ਨੇ ਮੈਂ ਇਹ ਵੀ ਨਹੀਂ ਬਣ ਸਕਦਾ ਫਿਰ ਛੋਟੀ ਜੀ ਕੋਈ ਨਿਸ਼ਾਨੀ ਨਹੀਂ ਰਹਿ ਜਾਂਦੀ ਐ ਲਕਸ਼ ਰਹਿ ਜਾਂਦਾ ਮੈਂ ਆਹੀ ਕਰ ਲਵਾਂ ਇੰਨੀ ਹੀ ਬੜੀ ਜ਼ਿੰਦਗੀ ਚਾਹੀਦੀ ਇਸ ਕਰਕੇ ਹਜ਼ਾਰ ਨਿਸ਼ਾਨੇ ਲੈਣ ਦੀ ਬਜਾਏ ਨਿਸ਼ਾਨਾ ਇੱਕੋ ਰੱਖਿਆ ਜਾਏ ਕਿਮ ਸਚਿਆਰਾ ਹੋਈਏ ਕਿਮ ਕੂੜਾ ਟਟੇਪਾਲ ਇਸ ਜੇ ਕੋਈ ਨਿਸ਼ਾਨਾ ਰੱਖਣਾ ਚਾਹੀਏ ਇਹ ਸਭ ਤੋਂ ਕੀਮਤੀ ਨਿਸ਼ਾਨਾ ਨਿਸ਼ਾਨੇ ਹੋਰ ਵੀ ਹੋ ਸਕਦੇ ਬਿਨ ਪਰਚੈ ਰੱਬੀ ਯਾਦ ਵਿੱਚ ਜੁੜਨ ਤੋਂ ਬਿਨਾ ਸਚਿਆਰ ਬਣਨ ਤੋਂ ਬਿਨਾ ਰੱਬੀ ਗੁਣਾ ਨਾਲ ਸਾਝ ਪਾਣ ਤੋਂ ਬਿਨਾ ਨਹੀਂ ਫਿਰਾ ਰਹਾਏ ਫਿਰਤਾ ਨਹੀਂ ਆਏਗੀ भटकना बड़ी रहेगी टिकाओ नहीं आएगा जिन्ना चेर गुणा बनेगी उनना पटकता रहेगा दुबदा मेट कह रो इस करके दुबदा करना है आ दो विधिया वाली जिंदगी नहीं होनी चाहिए दो विधिया वाली जिंदगी भाव दुचितापन नहीं जिंदगी होना चाहिए जिन्ना चिर तक जिंदगी च दुचितापन है दो विधिया ने ਉਨਾ ਚਿਰ ਤੱਕ ਮੰਜ਼ਲ ਦੀ ਪ੍ਰਾਪਤੀ ਨਹੀਂ ਹੈ ਇੱਕ ਗੱਲ ਯਾਦ ਰੱਖਿਓ ਜਦੋਂ ਮਨ ਸੋਚਦਾ ਹੈ ਨਾ ਕਿ ਇਹ ਵੀ ਕੰਮ ਕਰ ਸਕਦਾ ਤੇ ਮੈਂ ਆਹ ਨਾਲ ਇਹ ਵੀ ਕਰ ਸਕਦਾ ਜਿੱਥੇ ਮਨ ਦੋ ਟੁਕੜੇ ਹੋ ਗਿਆ ਉਥੇ ਕੰਮ ਹੋਣਾ ਬਹੁਤ ਔਖਾ ਹੋ ਜਾਂਦਾ ਫਿਰ ਸਾਬਤ ਬੀਜ ਉਗਦਾ ਹੁੰਦਾ ਹੈ ਬੀਜ ਦੇ ਦੋ ਟੁਕੜੇ ਕਰ ਦਿਓ ਦਾਲ ਨਹੀਂ ਉਗਦੀ ਬੀ ਉਹ ਬੀਜ ਪਤ ਲੈ ਗਏ ਆਪ ਕਿਉਂ ਉਗਵੇ ਦਾਲ ਦਾਲ ਨਿਕਦੀ ਹੁੰਦੀ ਜੇ ਇੱਕ ਹੋਏ ਤਾਂ ਉਗবে ਦੀ ਜੀ ਸਾਬਤ ਹੋਏਗਾ ਤੇ ਉਗੇਗਾ ਕਿਸੇ ਕੰਮ ਦੇ ਲਈ ਤੁਸੀਂ 98% ਆਪਣੇ ਆਪ ਨੂੰ ਕਮਿਟਡ ਕਰ ਲਓ ਨਾ ਵੀ 98% ਮੈਂ ਕੰਮ ਕਰਨਾ ਹੀ ਕਰਨਾ ਹੈ 2% ਰਹਿ ਸਕਦਾ ਵੈ ਉਹ ਕੰਮ ਔਖਾ ਹੋਏਗਾ ਨਹੀਂ ਹੋਏਗਾ ਪਰ ਜਦੋਂ ਤੁਸੀਂ 100% ਕਿਸੇ ਕੰਮ ਲਈ ਆਪਣੇ ਆਪ ਨੂੰ ਕਮਿਟਡ ਕਰ ਲਓ ਵੀ ਕਰਨਾ ਹੈ ਤੇ ਕਰਨਾ ਹੈ ਤੇ ਕਰਨਾ ਹੀ ਕਰਨਾ ਹੈ 100% ਕਮਿਟਡ ਮੈਂ ਹਾਂ ਇਸ ਕੰਮ ਦੇ ਲਈ ਫਿਰ ਹੋ ਜਾਏਗਾ ਆਮ ਤੌਰ ਤੇ ਲੋਕਾਂ ਨੂੰ ਲੱਗਦਾ ਹੈ ਕਿ 100% ਕਮਿਟਿਡ ਰਹਿਣਾ ਮੁਸ਼ਕਲ ਹੈ 98% ਹੋ ਸਕਦਾ ਹੈ ਇਹ ਗਲਤ ਹੈ ਕਿਉਂ ਜਦੋਂ ਅਸੀਂ 98% ਕਮਿਟਿਡ ਹੁੰਨੇ ਆ ਵੀ 98% ਮੈਂ ਕੰਮ ਕਰਨਾ ਹੀ ਕਰਨਾ ਹੈ 2% ਨਹੀਂ ਵੀ ਹੋ ਸਕਦਾ ਉਦੋਂ ਅਸੀਂ ਕਨਫਲਿਕਟ ਹੋ ਜਾਂਦੇ ਆ ਦੋ ਟੁਕੜੇ ਹੋ ਜਾਂਦੇ ਆ ਦੁਬਧਾਚ ਪੈ ਜਾਂਦੇ ਆ ਫਰ ਜਿਹੜਾ ਕੰਮ 2 ਘੰਟੇ ਚ ਪੂਰਾ ਹੁੰਦਾ ਹੈ ਹੋਣਾ ਹੁੰਦਾ ਵੇ ਉਹ 2 ਘੰਟੇ ਵਾਲਾ ਕੰਮ ਅਸੀਂ 10 ਘੰਟੇ ਲਾ ਦਿੰਨੇ ਆ ਫਿਰ ਕਿਉਂਕਿ ਇਹ ਕਰਾਂ ਕਿ ਨਾ ਕਰਾਂ ਇਹਦੇ 'ਚ ਸਾਡੀ ਇੰਨੀ એનર્ਜੀ ਚਲੀ ਜਾਂਦੀ ਹੈ ਇੰਨੀ ਊਰਜਾ ਵੇਸਟ ਹੋ ਜਾਂਦੀ ਹੈ ਕਿ 2 ਘੰਟੇ ਵਾਲਾ ਕੰਮ 10 ਘੰਟੇ 'ਚ ਪੂਰਾ ਹੁੰਦਾ ਜਾਂਦਾ ਐ ਐਕਚੁਅਲੀ ਚ ਕਲੈਰਿਟੀ ਚਾਹੀਦੀ ਐ ਇੰਨੀ ਕਲੈਰਿਟੀ ਕਿ 100% ਕਮਿਟਡ ਕਿਸੇ ਵੀ ਕੰਮ ਲਈ ਹਾਂ ਜਾਂ ਨਾ ਲਈ 100% ਕਰ ਦਿਓ ਵੀ ਹਾਂ ਤੇ 100% ਨਾ ਤੇ 100% ਫਿਰ ਤੇ ਹੋ ਜਾਏਗਾ ਫਿਰ ਤੇ ਆਸਾਨ ਰਹੇਗਾ ਪਰ ਜੇ 98% ਕਮਿਟਡ ਹੋਵੇ ਵੀ ਹਾਂ ਵੀ ਤੇ ਨਾ ਵੀ ਫਿਰ ਉਹ ਕੰਮ ਹੋਣਾ ਸੌਖਾ ਨਹੀਂ ਹੈ ਫਿਰ ਬਹੁਤ ਔਖਾ ਲੱਗੇਗਾ ਇਸ ਕਰਕੇ ਜੇ ਇੱਕ ਹੋਏ ਤਾਂ ਉਗਵੇ ਡਿਸੀਜਨ ਲੈ ਲਓ ਫੈਸਲਾ ਲੈ ਲਓ ਵੀ ਕਰਨਾ ਹੈ ਕਲੀਕ ਕਰਨਾ ਹਾਂ ਜਾਣਾ 100% ਫਿਰ ਕਮਿਟਡ ਹੋ ਜਾਓ ਕੁਝ ਲੋਕ ਫੈਸਲਾ ਨਹੀਂ ਲੈ ਪਾਉਂਦੇ ਜੇ ਫੈਸਲਾ ਲੈਣਾ ਹੈ ਤੇ ਦੋ ਤਰੀਕੇ ਨੇ ਦੋ ਚੀਜ਼ਾਂ ਸੋਚ ਲਓ ਕਿ ਇਹਦਾ ਸਭ ਤੋਂ ਇਸ ਫੈਸਲੇ ਦਾ ਸਭ ਤੋਂ ਵਧੀਆ ਲਾਭ ਮੈਨੂੰ ਕੀ ਹੋ ਸਕਦਾ ਹੈ ਤੇ ਸਭ ਤੋਂ ਵੱਧ ਘਾਟਾ ਕੀ ਪੈ ਸਕਦਾ ਹੈ ਇਹ ਦੋ ਚੀਜ਼ਾਂ ਦੇਖ ਲਓ ਫਿਰ ਦੇਖਣ ਤੋਂ ਬਾਅਦ ਜਿਹੜੀ ਘਾਟੇ ਵਾਲੀ ਚੀਜ਼ ਹੈ ਵੀ ਸਭ ਤੋਂ ਵੱਧ ਨੁਕਸਾਨ ਮੇਰਾ ਇਹ ਹੈ ਜੇ ਮੈਂ ਫੈਸਲਾ ਲੈਣਾ ਤੇ ਜੇ ਮੈਂ ਉਸ ਨੁਕਸਾਨ ਨੂੰ ਝੱਲ ਸਕਦਾ ਵਾਂ ਫਿਰ ਚੁੱਪ ਕਰਕੇ ਉਹ ਫੈਸਲਾ ਲੈ ਲਵਾਂਗਾ ਪਰ ਤੁਰਪਮਾ ਦੁਬਧਾ ਨੂੰ ਮੀਟਦੇ ਆਂ ਧਰਮ ਦੀ ਦੁਨੀਆ ਦੇ ਵਿੱਚ ਵੀ ਜਦੋਂ ਦੁਬਧਾ ਆ ਜਾਂਦੀ ਹੈ ਉਦੋਂ ਇੱਕ ਰੱਬ ਨਾਲ ਸਾਝ ਨਹੀਂ ਬਣਦੀ ਦੁਬਧਾ ਆ ਜਾਂਦੀ ਹੈ ਵੀ ਇਹ ਮੇਰਾ ਮਿੱਤਰ ਹੈ ਤੇ ਉਹ ਤਾਂ ਮੇਰਾ ਦੁਸ਼ਮਣ ਹੈ ਮੈਂ ਗੁਰੂ ਵਾਲਾ ਬਣਾ ਕਿ ਨਾ ਬਣਾ ਅਮਰ ਸ਼ਕਾਂ ਕੇ ਨਾਸ਼ਕਾਂ ਮੈਨੂੰ ਇੱਥੇ ਮੈਂ ਸੱਚ ਬੋਲਾਂ ਕਿ ਇੱਥੇ ਝੂਠ ਨਾ ਚੱਲ ਜਾਏਗਾ ਮੇਰਾ ਕੰਮ ਇੱਥੇ ਮੈਂ ਸ਼ਾਂਤ ਬੈਠਾ ਰਹਾ ਮੈਂ ਤੇ ਮੈਂ ਜਵਾਬ ਦਵਾਂ ਮੈਨੂੰ ਇਹਦੀ ਗੱਲ ਦਾ ਇਸ ਦੁਬਧਤਿ ਸੀ ਜੀਉਂਦੇ ਆ ਇਸ ਦੁਬਧਾ ਦੇ ਨਾਲ ਇਹ ਮੇਰੇ ਆਪਣੇ ਨੇ ਉਹ ਬੇਗਾਨੇ ਨੇ ਅਸੀਂ ਆਪਣਿਆਂ ਨਾਲ ਹੋਰ ਵਿਹਾਰ ਕਰਦੇ ਆ ਦੂਜਿਆਂ ਨਾਲ ਹੋਰ ਵਿਹਾਰ ਕਰਦੇ ਆ ਗੁਰੂ ਜੀ ਆਖਦੇ ਨੇ ਦੁਬਧਾ ਮੀਟ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਨੇ ਦੁਬਧਾ ਨੂੰ ਮਿਟਾ ਕੇ ਆ ਜਿਹੜੇ ਆਪਣੇ ਬਗਾਨੀ ਤੇ ਦੁਬਧ ਹੈ ਨਾ ਮੇਲ-ਤੇਲ ਦੇ ਵਿਤਕਰੇ ਨੇ ਇਹ ਦੁਬਧਾ ਸਾਨੂੰ ਰੱਬ ਨਹੀਂ ਦੇਖਣ ਦਿੰਦਾ ਇਹ ਦੁਬਧਾ ਸਾਨੂੰ ਇਹ ਦਿਖਾਉਂਦਾ ਕਿ ਇਹ ਉੱਚ ਹੈ ਇਹ ਨੀਚ ਹੈ ਇਹ ਅਮੀਰ ਹੈ ਮੈਂ ਇਹਦੇ ਨਾਲ ਇਸ ਤਰੀਕੇ ਨਾਲ ਬਿਹੇਵ ਕਰਨਾ ਹੈ ਇਹ ਗਰੀਬ ਹੈ ਮੈਂ ਇਹਦੇ ਨਾਲ ਇਸ ਤਰੀਕੇ ਦਾ ਵਰਤਾਓ ਕਰਨਾ ਹੈ ਇਹ ਮੇਰੇ ਆਪਣੇ ਨੇ ਮੈਂ ਇਹਨਾਂ ਨਾਲ ਇਸ ਤਰੀਕੇ ਨਾਲ ਗੱਲ ਕਰਨੀ ਹੈ ਉਹ ਤੇ ਮੇਰੇ ਦੁਸ਼ਮਣ ਨੇ ਜਾਂ ਬੇਗਾਨੇ ਨੇ ਉਹਨਾਂ ਨੂੰ ਮੈਂ ਇਸ ਤਰੀਕੇ ਨਾਲ ਬੋਲਣੇ ਅਸੀਂ ਦੁਬਧਾ 'ਚ ਜੀਨੇ ਆ ਆਪਣੇ ਨਾਲ ਹੋਰ ਵਿਹਾਰ ਦੂਜਿਆਂ ਨਾਲ ਹੋਰ ਵਿਹਾਰ ਤੇ ਭਗਤ ਕਬੀਰ ਜੀ ਆਖਦੇ ਨੇ ਦੁਬਧਾ ਨੂੰ ਮਿਟਾ ਕੇ दुबदा नेट खिमाफ करना सिखो दुबदा ना दो जिंदगी मुआफ करना कि आंदगी मुआफ कर सको जिंदगी किसी न बख् सको ये मुआफी खिमा का गुण है खिमा का गुण ऐसा गुण है जहाबली काम है ਬਹਾਦਰ ਪੁਰਸ਼ ਦਾ ਕੰਮ ਹੈ ਕਮਜ਼ੋਰ ਬੰਦਾ ਕਿਸੇ ਨੂੰ ਮੁਆਫਰੀ ਕਰ ਪੰਦਾ ਸਰੀਰਿਕ ਬਲ ਤੇ ਇਥੋਂ ਨਾਪਿਆ ਜਾਂਦਾ ਕਿ ਕੋਈ ਆਦਮੀ ਕਿੰਨਾ ਮੋਟਾ ਤਾਜ਼ਾ ਹੈ ਕਿੰਨਾ ਭਾਰ ਚੁੱਕ ਸਕਦਾ ਹੈ ਇਡੀ ਤਾਕਤ ਪਰ ਆਤਮਿਕ ਬਲ ਇਥੋਂ ਨਾਪਿਆ ਜਾਂਦਾ ਕੋਈ ਬੰਦਾ ਕਿਸੇ ਦੂਜੇ ਨੂੰ ਕਿੰਨਾ ਬਰਦਾਸ਼ਤ ਕਰ ਸਕਦਾ ਕਿਸੇ ਦੇ ਜ਼ੁਲਮ ਨੂੰ ਕਿਡਾ ਬਰਦਾਸ਼ਤ ਕਰਕੇ ਫਿਰ ਵੀ ਇਹਨੂੰ ਮੁਆਫ ਕਰਨ ਦਾ ਜਿਗਰਾ ਰੱਖਦਾ ਹੋਵੇ ਕਿ ਜੇ ਤੂੰ ਅਜੇ ਵੀ ਆਪਣੀ ਜ਼ਿੰਦਗੀ ਬਦਲੇ ਤੇ ਮੈਂ ਤੈਨੂੰ ਮੁਆਫ ਕਰਨ ਉਤਿਆਰਾਂ ਮਾਫੀ ਦਾ ਗੁਣ ਰੱਬ ਦਾ ਗੁਣ ਮੰਨਿਆ ਗਿਆ ਕਿ ਇਹ ਰੱਬ ਦਾ ਗੁਣ ਹੈ ਜਿੱਥੇ ਮਾਫੀ ਹੈ ਉਥੇ ਕਬੀਰਾ ਜਹਾਂ ਗਿਆਨ ਤਹ ਧਰਮ ਹੈ ਜਹਾਂ ਝੂਠ ਤਹ ਪਾਪ ਜਹਾਂ ਲੋਭ ਤਹ ਕਾਲ ਹੈ ਜਹਾਂ ਖਿਮਾ ਤਹ ਆਪ ਗੁਰਮਰਦਾਸ ਪਾਤਸ਼ਾਹ ਜੀ ਨੇ ਖਿਮਾ ਦਾ ਗੁਣ ਪ੍ਰੈਕਟੀਕਲ ਕਰਕੇ ਦਿਖਾਇਆ ਦੁਨੀਆ ਨੂੰ ਜਦੋਂ ਗੁਰੰਗਨ ਦੇ ਪਾਤਸ਼ਾਹ ਦੇ ਪੁੱਤਰ ਦਤੂ ਨੇ ਗੁਰਮਰਦਾਸ ਪਾਸ਼ਾ ਨੂੰ ਲੱਤ ਮਾਰੀ ਸਿੰਘਾਸਨ ਤੋਂ ਤਖਤ ਤੋਂ ਜ਼ਮੀਨ ਤੇ ਸੁੱਟ ਦਿੱਤਾ ਤੇ ਗੁਰਮਰਦਾਸ ਪਾਸ਼ਾ ਨੇ ਮਾਫ਼ੀ ਕੀਤੀ ਤਾ ਹੀ ਉਹਨੂੰ ਨਾਲੇ ਇੱਕ ਗੱਲ ਕਹੀ ਸੀ ਮੇਰੇ ਹੱਡ ਕਰੜੇ ਨੇ ਤੁਹਾਡੇ ਚਰਨ ਕੋਮਲ ਨੇ ਤੁਹਾਡੇ ਚਰਨਾਂ ਨੂੰ ਛੱਟ ਤੇ ਨਹੀਂ ਲੱਗੀ ਖਿਮਾ ਦਾ ਗੁਰਜੰਦ ਦੇ ਪਾਛ ਨੇ ਖਾਇ ਜਦੋਂ ਵੱਡੇ ਭਰਾ ਨੇ ਪੱਗ ਨੂੰ ਹੱਥ ਪਾਇਆ ਤੇ ਗੁਰਜੰਦ ਦੇ ਪਾਛ ਨੇ ਆਪ ਹੀ ਪੱਗ ਹਟਾ ਕੇ ਦੇ ਦਿੱਤੀ ਵੱਡੇ ਵੀਰ ਜੀ ਖਿਮਾ ਕਰ ਦਿਓ ਨਿੱਕੇ ਵੀ ਸਮਝ ਕੇ ਮਾਫ ਕਰ ਦਿਓ ਸਾਨੂੰ ਨਹੀਂ ਸੀ ਪਤਾ ਇਹ ਤੁਹਾਡੀ ਦਸਤਾਰ ਹੈ ਤੁਸੀਂ ਸਜਾ ਲਓ ਸਾਨੂੰ ਮੈਨੂੰ ਮਾਫ ਕਰ ਦਿਓ ਲਗੂ ਜਾਣਕਰ ਸ਼ੰਕ ਨਿਵਾਰੋ ਲਿਹੋ ਪਾਗ ਸਿਰ ਉਪਰ ਧਾਰੋ ਇਹ ਖਿਮਾ ਤਾਂ ਕੋਣ ਹੈ ਬ੍ਰਿਤੀ ਚੰਦ ਗੁਰ ਹਰਗੋਬਿੰਦ ਸਾਹਿਬ ਪਾਛਾ ਨੂੰ ਮਰਵਾਣ ਦਾ ਚਤਨ ਕਰਦੇ ਗੁਰੂ ਜੰਮ ਦੇ ਪਾਸ਼ਾ ਫਿਰ ਮਾਫ ਕਰ ਦਿੰਦੇ ਧੀਰਮਲ ਗੁਰਤੇਗ ਬਾਦਲ ਸਾਨੂੰ ਮਾਰਨਾ ਚਾਹੁੰਦਾ ਹੈ ਗੁਰਤੇਗ ਬਾਦਲ ਪਾਸ਼ਾ ਧੀਰਮਲ ਨੂੰ ਮਾਫ ਕਰ ਦਿੰਦੇ ਔਰੰਗਜੀਬ ਨੇ ਅੰਤਾਂ ਦਾ ਜ਼ੁਲਮ ਕਮਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਉੱਪਰ ਸਹਬਜ਼ਾਦੇ ਸ਼ਹੀਦ ਕਰਾਏ ਪਰ ਇੱਕ ਸਮਾਂ ਹੁੰਦਾ ਹੈ ਜਦੋਂ ਉਹ ਮਿਲਣ ਵਾਸਤੇ ਆਉਂਦਾ ਔਰੰਗਜੀਬ ਮਿਲਣਾ ਚਾਹੁੰਦਾ ਡਖਣ ਵਿੱਚ ਸਤਿਗੁਰੂ ਮਾਫ਼ ਕਰ ਦਿੰਦੇ ਨੇ ਹਾਂ ਤੁਹਾਨੂੰ ਮਿਲਣ ਨੂੰ ਤਿਆਰ ਹਾਂ ਮਿਲਣ ਲਈ ਤਿਆਰ ਹੋ ਜਾਂਦੇ ਨੇ ਜहाँ ਖਿਮਾ ਤੈ ਆਪ ਜਿੱਥੇ ਖਿਮਾ ਦਾ ਗੁਣ ਹੈ ਉੱਥੇ ਰੱਬ ਆਪ ਹੈ ਉੱਥੇ ਪ੍ਰਭੂ ਵਸਦਾ ਹੈ ਇਸ ਕਰਕੇ ਖਿਮਾ ਦਾ ਗੁਣ ਧਾਰਨ ਕਰੋ ਉਹ ਖਿਮਾ ਉਹ ਕਰ ਪਾਏਗਾ ਜਿਦੇ ਵਿੱਚ ਸ਼ੈਨਸ਼ੀਲਤਾ ਹੋਏਗੀ ਕਿਸੇ ਨੇ ਗਲਤੀ ਕੀਤੀ ਮਾਫ ਕਰ ਦਿਓ ਔਰ ਜੇ ਤੁਹਾਡੇ ਤੋਂ ਗਲਤੀ ਹੋਈ ਹੈ ਕੋਈ ਤੇ ਤੁਸੀਂ ਇਮਾਨਦਾਰੀ ਨਾਲ ਕਿਸੇ ਤੋਂ ਮਾਫੀ ਮੰਗ ਲਓ ਤਿੰਨ ਚੀਜ਼ਾਂ ਨੇ ਕਿਸੇ ਦੀ ਗਲਤੀ ਨੂੰ ਤੁਸੀਂ ਮਾਫ ਕਰ ਦੋ ਤੇ ਕੋਈ ਤੁਹਾਡੀ ਗਲਤੀ ਨੂੰ ਮਾਫ ਕਰ ਦੇ ਗ਼ਾਲਿਬ ਦਾ ਇੱਕ ਸ਼ੇਰ ਹੈ ਇਸੇ ਤਰ੍ਹਾਂ ਮੈਂਨੇ ਆਪਣੀ ਜ਼ਿੰਦਗੀ ਕੋ ਆਸਾਨ ਕੀਤਾ ਕਿਸੇ ਸੇ ਮਾਫੀ ਮੰਗ ਲਈ ਔਰ ਕਿਸੇ ਕੋ ਮਾਫ ਕੀਤਾ ਜਿੱਥੇ ਮੇਰੀ ਗਲਤੀ ਸੀ ਮੈਂ ਕਿਸੇ ਤੋਂ ਮਾਫੀ ਮੰਗ ਲਈ ਜਿੱਥੇ ਦੂਜੇ ਦੀ ਗਲਤੀ ਸੀ ਮਨੂੰ ਮਾਫ ਕਰ ਦਿੱਤਾ ਐਦਾਂ ਮੇਰੀ ਜ਼ਿੰਦਗੀ ਆਸਾਨ ਹੋ ਗਈ ਇੱਕ ਤੇ ਜੇ ਤੁਸੀਂ ਗਲਤੀ ਕੀਤੀ ਤੁਸੀਂ ਕਿਸੇ ਤੋਂ ਖਿਮਾ ਮੰਗ ਲਓ ਜੇ ਕਿਸੇ ਨੇ ਗਲਤੀ ਕੀਤੀ ਪੁਸ਼ਤਾਵਾ ਕਰ ਰਿਹਾ ਤੇ ਤੁਸੀਂ ਉਹਨੂੰ ਮਾਫ ਕਰ ਦਿਓ ਜੇ ਪੁਸ਼ਤਾਵਾ ਕਰ ਰਿਹਾ ਤੁਸੀਂ ਉਹਨੂੰ ਮਾਫ ਕਰ ਦਿਓ ਤੇ ਤੀਜੀ ਚੀਜ਼ ਜੇ ਤੁਸੀਂ ਆਪਣੇ ਆਪ ਨੂੰ ਲੱਗਦਾ ਕਿ ਮੈਂ ਕੋਈ ਗਲਤੀ ਕੀਤੀ ਆਪਣੇ ਆਪ ਤੋਂ ਵੀ ਮਾਫੀ ਮੰਗ ਲਓ ਜੇ ਤੁਸੀਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੇ ਜੇ ਤੁਸੀਂ ਕਿਸੇ ਔਗਣ ਤੇ ਪੁਸ਼ਤਾਵਾ ਕੀਤਾ ਮੈਂ ਗਲਤ ਕੰਮ ਕਰ ਬੈਠਾ ਉਸ ਪੁਸ਼ਤਾਵਾ ਚ ساری ਜ਼ਿੰਦਗੀ ਸੜਨ ਦੀ ਬਜਾਏ ਆਪਣੇ ਆਪ ਨੂੰ ਮੁਆਫ ਕਰਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਮੁਆਫ ਨਹੀਂ ਕਰ ਸਕਦੇ ਦੂਜੇ ਨੂੰ ਵੀ ਨਹੀਂ ਕਰ ਸਕਦੇ ਇਸ ਕਰਕੇ 6ਵੀਂ ਤਿੱਥ ਤਾਂ ਸਫਲ ਹੋਏਗੀ ਜੇ ਕੋਈ ਦੁਬਦਾਂ ਨੂੰ ਮਿਟਾ ਦੇਗਾ ਖਿਮਾ ਨੂੰ ਤਾਰਨ ਕਰ ਲੇਗਾ ਦੁਬਦਾਂ ਮੇਟ ਖਿਮਾ ਗੈ ਰਹੋ ਦੁਬਦਾਂ ਨੂੰ ਮਿਟਾ ਕੇ ਖਿਮਾ ਦਾ ਗੁਣ ਤਾਰਨ ਕਰ ਲਓ ਦੁਬਦਾਂ ਨੂੰ ਮਿਟਾ ਦਿਓ ਨੀਰਤੇ ਦੇ ਵਿਤਕਰਿਆਂ ਨੂੰ ਖਤਮ ਕਰ ਦਿਓ ਔਰ ਇਹਨਾਂ ਨੂੰ ਖਤਮ ਕਰਕੇ ਖਿਮਾ ਦੇ ਵਿੱਚ ਟਿਕ ਜਾਓ ਮੁਆਫੀ ਦੇ ਵਿੱਚ ਟਿਕ ਜਾਓ ਮੁਆਫੀ ਦਾ ਗੁਣ ਤੁਹਾਡੀ ਜ਼ਿੰਦਗੀ 'ਚ ਹੋਣਾ ਰਹੇਗਾ ਉਹ ਦਿਨ ਨਾਲ ਕੀ ਹੋਏਗਾ ਇਹ ਚੀਜ਼ਾਂ ਸਿਰਫ ਗੱਲਾਂ ਬਾਤਾਂ ਨਾ ਹੋਣ ਦਿਲੋਂ ਹੋਣੇ ਚੀਜ਼ਾਂ ਮਾਫ ਕਰਨ ਵਾਲੀਆਂ ਇਸ ਗੁਣ ਨੂੰ ਆਪਣੇ ਘਰ 'ਚ ਲਾਗੂ ਕਰੋ ਪਰਿਵਾਰ ਵਿੱਚ ਲਾਗੂ ਕਰੋ ਪਰਿਵਾਰਕ ਮੈਂਬਰ ਤੋਂ ਗਲਤੀ ਹੋਈ ਤੁਸੀਂ ਖਿਮਾ ਕਰ ਦਿਓ तुम्हें गलती की अपने परिवारक मैंबरों तो खेमा मांग लो इन्हू प्रैक्टिकल जिंदगी धारण करके देखो तो वैर विरोधता खत्म हो जाएगी दुश्मनी मुख जाएगी प्रेम प्रगट हो जाएगा कर्म धर्म की सूलना सहो कर्म धर्म मैंने धर्म के मिथे हुए कर्म भी आ करने ही करने ही ने जी पक्का ही है भावे दिल च हो ना होम दे करसम है भी करनी फॉरमैलिटी करनी है उन्होंने कहने करम करम ਧਰਮ ਦੇ ਨਾਂ ਤੇ ਮਿੱਥੀ ਕਰਮ ਜਿਹੜੀ ਫਰਮਾਟੀ ਵਾਲੇ ਕਰਮ ਨੇ ਨਾ ਉਹ ਪੀੜਾ ਨੇ ਉਹ ਦੁੱਖदाई ਨੇ ਸੂਲ ਮੈਨੇ ਪੀੜਾ ਸੂਲ ਮੈਨੇ ਦੁੱਖ ਹ ਸੱਚੀ ਜ਼ਿੰਦਗੀ ਜੀਵੋ ਗੁਣਾਂ ਨੂੰ ਧਾਰਨ ਕਰੋ ਦੁਬਿਧਾ ਨੂੰ ਖਤਮ ਕਰ ਲਓ ਮਨ ਵਿੱਚ ਰੱਬੀ ਗੁਣਾਂ ਨੂੰ ਟਿਕਾ ਲਓ ਸ਼ਹਿਨਸ਼ੀਲਤਾ ਧਾਰਨ ਕਰ ਲਓ ਖੇਮਾ ਦਾ ਗੁਣ ਧਾਰਨ ਕਰ ਲਓ ਪਰ ਆ ਜਿਹੜੇ ਧਰਮ ਦੇ ਨਾਂ ਤੇ ਕਰਮ ਕਰਦੇ ਫਿਰਦੇ ਹੋ ਇਹ ਕਰਮकांड ਨੇ ਇਹਨਾਂ ਨੂੰ ਨਾ ਸਹਾਰੋ ਤੇ ਜੇ ਕੋਈ ਗੁਣਾਂ ਨੂੰ ਧਾਰਨ ਕਰ ਲੇਗਾ ਫਿਰ ਉਹਨੇ ਦੁੱਖ ਸਹਾਰਨੇ ਨਹੀਂ ਪੈਣਗੇ ਸੱਚ ਬੋਲੇਗਾ ਉਹ ਮਿੱਥੇ ਧਰਮ ਕਰਮ ਦੀ ਸਹਾਰੇਗਾ ਖਿਮਾ ਦਾ ਗੁਣ ਜਿਹੜਾ ਧਾਰਨ ਕਰ ਲੇਗਾ ਉਹਨੂੰ ਕਰਮ ਕਾਂਡ ਨਹੀਂ ਸਹਾਰਨੇ ਪੈਣਗੇ ਇਹ ਫालतू ਦੀਆਂ ਚੀਜ਼ਾਂ ਗਲوں ਲੱਥ ਜਾਣਗੀਆਂ ਅੱਜ ਧਰਤੀ ਤੇ ਕਿੰਨੇ ਲੋਕ ਨੇ ਜਿਹੜੇ ਧਰਮ ਦੇ ਨਾਂ ਤੇ ਮਿੱਥੇ ਹੋਏ ਕਰਮ ਕਰੀ ਜਾ ਰਹੇ ਨੇ ਔਰ ਦੁੱਖ ਸਹਾਰ ਰਹੇ ਨੇ ਆਪਣਾ ਕਿੰਨਾ ਕੰਨਾ ਸਮਾਂ ਬਰਬਾਦ ਕਰ ਦਿੰਦੇ ਨੇ ਮਿੱਥੇ ਧਰਮ ਦੇ ਕਰਮ ਕਾਂਡਾਂ ਨੂੰ ਕਰਦੇ ਆ ਸਮਾਂ ਬਰਬਾਦ ਕਰ ਰਹੇ ਨੇ ਪੈਸਾ ਬਰਬਾਦ ਕਰ ਰਹੇ ਨੇ ਮਿਲ ਕੁਛ ਵੀ ਨਹੀਂ ਰਿਹਾ ਤੇ ਇਹੀ ਜੀ ਆਪਣੇ ਅੰਦਰ ਦੀ ਮੈਲ ਨੂੰ ਧੋ ਲੈਂਦੇ ਫਿਰ ਪੀੜਾ ਨਹੀਂ ਸੀ ਹਸਾਰਨੀ ਬਣੀ ਨਾ ਜੇ ਅੰਦਰੋਂ ਝੂਠ ਕੱਢ ਦਿੰਦੇ ਤਾਂ ਕਾਫੀ ਨਹੀਂ ਸੀ ਅੰਦਰੋਂ ਈਰਖਾ ਨਫ਼ਰਤ ਨੂੰ ਬਾਹਰ ਕੱਢ ਦਿੰਦੇ ਬਹੁਤ ਸੀ ਅੰਦਰ ਪ੍ਰੇਮ ਪ੍ਰਗਟ ਕਰ ਲੈਂਦੇ ਦਇਆ ਤੇ ਮਿੱਠੀ ਜ਼ੁਬਾਨ ਪ੍ਰਗਟ ਕਰ ਲੈਂਦੇ ਬਹੁਤ ਸੀ ਪਰ ਅੰਦਰੋਂ ਝੂਠ ਨਹੀਂ ਕੱਢ ਰਹੇ ਨਫ਼ਰਤ ਨਹੀਂ ਕੱਢ ਰਹੇ ਈਰਖਾ ਨਹੀਂ ਕਰ ਰਹੇ ਹੰਕਾਰ ਨਹੀਂ ਕਰ ਰਹੇ ਮਿੱਥੇ ਕਰਮकांड ਕਰ ਰਹੇ ਨੇ ਪੈਸਾ ਵੀ ਬਰਬਾਦ ਕਰ ਰਹੇ ਨੇ ਸਮਾਂ ਵੀ ਜ਼ਿੰਦਗੀ ਦਾ ਬਰਬਾਦ ਕਰ ਰਹੇ ਨੇ ਕੋਈ ਵਰਤ ਰੱਖ ਰਿਹਾ ਹੈ ਕੋਈ ਨਰਾਤੇ ਕਰ ਰਿਹਾ ਕੋਈ ਸ਼ਰਧਾ ਨੂੰ ਕਰ ਰਿਹਾ ਜਿਉਂਦੇ ਮਾਪਪ ਦੀ ਸੇਵਾ ਨਹੀਂ ਕਰ ਰਹੇ ਮਰਿਆ ਹੋਇਆਂ ਦੀ ਸ਼ਰਧਾ ਕਰ ਰਹੇ ਜੇ ਸੱਚਮੁੱਚ ਦਿਲ ਦੇ ਨਾਲ ਮਾਪਿਓਂ ਪ੍ਰਤੀ ਆਪਣੇ ਫਰਜ਼ ਪੂਰੇ ਕੀਤੇ ਹੁੰਦੇ ਜੇ ਸੱਚਮੁੱਚ ਆਪਣੇ ਫਰਜ਼ ਨਿਭਾਏ ਹੁੰਦੇ ਫਿਰ ਡਰ ਨਹੀਂ ਸੀ ਰਹਿਣਾ ਨਾ ਕਿ ਮਰਨ ਤੋਂ ਬਾਅਦ ਬਾਪੂ ਮੈਨੂੰ ਕੂਤ ਬੜ ਕੇ ਜਿਮੜੇਗਾ ਮਰਨ ਤੋਂ ਬਾਅਦ ਬੇਬੇ ਪੁੱਤ ਮਾਰ ਕੇ ਚੇ ਫਿਰ ਡਰ ਨਹੀਂ ਸੀ ਰਹਿਣਾ ਫਿਰ ਸ਼ਰਧਾਂ ਵਾਲੀ ਪੀੜਾ ਨਹੀਂ ਸੀ ਸਹਾਰਨੀ ਪੈਣੀ ਕਿ ਮਰਨ ਤੋਂ ਬਾਅਦ ਸ਼ਰਾਧ ਆ ਪੰਜਮੀਆਂ ਕਰੋ ਛਟਮੀਆਂ ਕਰੋ ਦਸਮੀਆਂ ਕਰੋ ਮਸਿਆ ਕਰੋ ਆ ਪੀੜਾ ਨਹੀਂ ਸੀ ਸਹਾਰਨੀ ਪੈਣੀ ਜਿੰਨੇ ਵੀ ਪਖੰਡਵਾਦ ਦੇ ਵਜਨ ਸਾਡੇ ਤੇ ਪਏ ਨੇ ਇਹ ਸਾਰੇ ਸਹਾਰਨੇ ਨਹੀਂ ਸੀ ਪੈਣੀ ਉਤਰ ਜਾਣੇ ਸੀ ਇਹ ਪੀੜਾ ਹੈ ਕਰਮ ਕਰਮ ਮਿੱਥੇ ਧਰਮ ਦੇ ਨਾਂ ਤੇ ਕਰਮ ਤੋਤਾ ਰਤਨੀ ਪਾਠ ਕੀਤੇ ਜਾ ਰਹੇ ਨੇ ਬਿਨਾਂ ਸਮਝੇ ਬਿਨਾਂ ਵਿਚਾਰੇ ਔਰ ਫਾਰਮੈਲਟੀਆਂ ਬਣ ਗਿਆ ਨੇ ਵੀ ਕਰਨੇ ਨੇ ਤੇ ਕਰਨੀ ਕਰਨੇ ਨੇ ਪਾਵੇਂ ਸਮਝ ਕੁਛ ਨਾ ਆਵੇ ਪਰ ਅੰਦਰੋਂ ਝੂਠ ਨਹੀਂ ਬਾਹਰ ਕੱਢਣਾ। ਦਿੰਦਿਆ ਚੁਗਲੀ ਦੀ ਛੜਣੀ। ਇੱਕ ਫਾਰਮੈਲਿਟੀ ਕਰ ਲੈਣੀ ਵੀ ਆ ਕਰ ਲਈ ਹੁਣ ਮੈਂ ਬਿਲਕੁਲ ਸੱਚਾ ਸਿੱਖ ਬਣ ਗਿਆ ਹਾਂ। ਹੁਣ ਤੇ ਰੱਬ ਨੇ ਆਪਣੇ ਘਰ ਚ ਥਾਂ ਦੇ ਹੀ ਦਿੱਤੀ। ਹੁਣ ਤੇ ਗੁਰੂ ਦਾ ਪਿਆਰਾ ਬਣ ਹੀ ਗਿਆ ਕਿਉਂਕਿ ਮੈਂ ਆ ਕੰਮ ਪੂਰਾ ਕਰ ਲਿਆ। ਹੁਣ ਭਾਵੇਂ ਸਾਰੀ ਜਿੰਦੇ ਦੀ ਦੁਕਾਨ ਤੇ ਗਾਹਾਂ ਦੀ ਛਿਲ ਲਾਵਾਂ। ਭਾਵੇਂ ਕਿਸੇ ਦਿੰਦਾਂ ਕਰਾਂ ਭਾਵੇਂ ਝੂਠ ਬੋਲਾਂ ਹੁਣ ਤੇ ਜੀ ਕੁਛ ਨਹੀਂ। ਲੋਕ ਮਿੱਥੇ ਵੇ ਧਰਮ ਕਰਮ ਸਹਾਰ ਰਹੇ ਨੇ ਧਰਮ ਦੇ ਨਾਂ ਤੇ ਮਿੱਥੇ ਕਰਮ ਜਿਹੜੇ ਕਰਮ ਕਾਂਢ ਬਣ ਚੁੱਕੇ ਨੇ। ਕੇਵਲ ਸਨਾਤਨ ਦੇ ਨਹੀਂ ਸਾਡੀ ਕੌਮ 'ਚ ਬੜੇ ਕਰਮਕਾਂਡ ਬਣ ਚੁੱਕੇ ਨੇ ਅਸੀਂ ਸਹਾਰ ਰਹੇ ਹਾਂ ਕਿੰਨੇ ਲੋਕ ਦੁਖੀ ਹੋ ਰਹੇ ਨੇ ਪੀੜਾ ਸਹਾਰ ਰਹੇ ਨੇ ਪਰ ਜੇ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਵੀ ਹੁੰਦੀ ਤੇ ਕਿੰਨਾ ਸੌਖਾ ਜੀਵਨ ਸੀ ਨਾ ਜੇ ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆ ਕੀਤਾ ਹੁੰਦਾ ਆਪਣੇ ਪ੍ਰਤੀ ਪਰਿਵਾਰ ਪ੍ਰਤੀ ਸਮਾਜ ਦੇ ਪ੍ਰਤੀ ਕੁਦਰਤ ਦੇ ਪ੍ਰਤੀ ਰੱਬ ਦੇ ਪ੍ਰਤੀ ਫਿਰ ਆ ਕਰਮ ਕਾਂਡਾਂ ਦੀਆਂ ਪੀੜਾਂ ਨਹੀਂ ਸੀ ਸਾਰਨੀਆਂ ਪੈਣੀਆਂ ਜੀਵਨ ਸੁਚੱਜਾ ਤੇ ਸੌਖਾ ਹੋ ਜਾਣਾ ਸੀ ਸਫਲ ਹੋ ਜਾਣਾ ਸੀ ਆਸਾਨ ਹੋ ਜਾਣੀ ਸੀ ਜ਼ਿੰਦਗੀ ਜੇ ਵਿਕਾਰਾਂ ਨੂੰ ਛੱਡਿਆ ਹੁੰਦਾ ਭਗਤ ਕਬੀਰ ਜੀ ਆਖਦੇ ਨੇ ਦੁਬਧਾ ਨੂੰ ਕੱਟ ਦਿਓ ਕਿਸੇ ਨੂੰ ਮੁਆਫ ਕਰ ਦਿਓ ਤੇ ਆ ਮਿੱਥੇ ਹੋਏ ਕਰਮ ਕਾਂਡਾਂ ਦੀ ਪੀੜਾ ਨਹੀਂ ਤੁਹਾਨੂੰ ਸਹਾਰਨੀ ਪਏਗੀ ਕਰਮ ਧਰਮ ਕੀ ਸੂਲ ਨਾ ਸਹੋ ਫਿਰ ਇਹ ਨਹੀਂ ਸਹਾਰਨਾ ਪਏਗਾ ਇਹਦੇ ਤੋਂ ਤੁਹਾਡਾ ਬਚਾਅ ਹੋ ਜਾਏਗਾ ਸਾਤੇ ਸਤ ਕਰਦਾ ਚਾ ਜਾਣ ਪਰ ਭਗਤ ਕਬੀਰ ਜੀ ਆਖਦੇ ਨਹੀਂ ਇਹ ਗੱਲਾਂ ਐਵੇਂ ਨਹੀਂ ਆਉਂਨ ਹੁਣ ਤੋਤਾ ਫਕੀਰ ਦੇ ਸੀ ਪੰਨੇ ਕਿੰਨੇ ਪਾਠ ਕੀਤੇ ਹੋਣਗੇ ਅਖੰਡ ਪਾਠਾਂ ਦੀਆਂ ਲੜੀਆਂ ਤੇ ਚਲਦੀਆਂ ਨੇ ਇਹ ਵਾਲੀ ਬਾਣੀ ਕਿੰਨੀ ਵਾਰੀ ਪੜ੍ਹੀ ਸੁਣੀ ਹੋਏਗੀ ਪਰ ਜੇ ਸਮਝ ਨਹੀਂ ਆਈ ਫਿਰ ਤੇ ਫਾਰਮੈਲਟੀ ਹੋਈ ਨਾ ਫਿਰ ਤੇ ਰਸਮੀ ਪਾਠ ਹੋ ਗਏ ਨਾ ਫਿਰ ਤੇ ਗਿਣਤੀਆਂ ਦੇ ਪਾਠ ਹੋ ਗਏ ਤੇ ਜੇਕਰ ਇਹਨੂੰ ਸਮਝਿਆ ਹੁੰਦਾ ਤੇ ਅੱਜ ਸਮਝ ਆ ਜਾਣੀ ਸੀ ਸਾਤੇ ਸਤ ਕਰ ਬਚਾ ਜਾਣ ਸप्तमी ਤਿਥ ਦੇ ਵਿੱਚ ਸप्तमी ਥਿਤ ਜਦੋਂ ਆਈ ਉਦੋਂ ਭਗਤਕਦੀ ਜੀ ਉਪਦੇਸ਼ ਕਰ ਰਹੇ ਨੇ ਸप्तमी ਥਿਤ ਤੈਨੂੰ ਇੱਕ ਗੱਲ ਸਮਝਾ ਰਹੀ ਹੈ ਸਤੈ ਸਤ ਕਰ ਬਚਾ ਜਾਣ ਬਚਾ ਮੈਨੇ ਬਚਨ ਸਤ ਕਰ ਮੈਨੇ ਸੱਚ ਕਰਕੇ ਇਹਨਾਂ ਬਚਨਾਂ ਨੂੰ ਸੱਚ ਕਰਕੇ ਜਾਣ ਆ ਜਿਹੜੇ ਬਚਨ ਕੀਤੇ ਨੇ ਇਹ ਬਿਲਕੁਲ ਸੱਚੇ ਨੇ ਜੇ ਬਾਣੀ ਸਮਝ ਕੇ ਅਰਥਾਂ ਸਿਮਤ ਵਿਚਾਰ ਕੇ ਪੜ੍ਹੇਗਾ ਫਿਰ ਸਮਝ ਆਏਗੀ ਤੇ ਜਦੋਂ ਸਮਝ ਆਏਗੀ ਫਿਰ ਸੱਚੇ ਲੱਗਣਗੇ ਬੋਲ ਵਾਕਈ ਜ਼ਿੰਦਗੀ ਵਿੱਚੋਂ ਕੱਢਣੇ ਤੇ ਵਿਕਾਰ ਨੇ ਤੇ ਧਾਰਮਿਕ ਕਰਮ ਕਾਂਡ ਕਰਕੇ ਵੀ ਅੰਦਰੋਂ ਵਿਕਾਰ ਨਹੀਂ ਗਏ ਤੇ ਉਹ ਕਿਸੇ ਕੰਮ ਦੇ ਨਹੀਂ ਉਹ ਫਜ਼ੂਲ ਨੇ ਫਿਰ ਤੇ ਜੇ ਗੁਰਬਾਣੀ ਨੂੰ ਸਮਝ ਕੇ ਪੜ੍ਹ ਕੇ ਵਿਚਾਰ ਕੇ ਅਮਲ ਕੀਤਾ ਹੈ ਤੇ ਉਹ ਜ਼ਿੰਦਗੀ ਸੁਖੀ ਕਰ ਦੇਣਗੇ ਬਚਨ ਇਸ ਕਰਕੇ ਨਾ ਬਚ ਇਹ ਬਚਨ ਝੂਠ ਨਹੀਂ ਹਨ ਲੋਕ ਕਰਮ ਕਰਮ ਦੀ ਪੀੜਾ ਸਹਿ ਰਹੇ ਨੇ ਸਰਮ ਦੇ ਨਾਲ ਤੇ ਮਿੱਥੇ ਕਰਮ ਕਾਂਡ ਕਰਕੇ ਦੁੱਖ ਸਹਾਰ ਰਹੇ ਨੇ ਪਰ ਉਹਨਾਂ ਨੂੰ ਸ਼ਾਂਤੀ ਟਿਕਾਉ ਨਹੀਂ ਮਿਲ ਰਿਹਾ ਜੀਵਨ ਸਫਲ ਨਹੀਂ ਹੋ ਰਿਹਾ ਔਰ ਇਹ ਗੱਲਾਂ ਸੱਚ ਨੇ ਸਤਿਨਾ ਸਤ ਕਰ ਬਾਚਾ ਜਾਣ ਇਹਨਾਂ ਬਚਨਾਂ ਨੂੰ ਸੱਚ ਕਰਕੇ ਜਾਣ ਆਤਮ ਰਾਮ ਲਿਹੁ ਪ੍ਰਵਾਣ ਆਤਮ ਰਾਮ ਨੇ ਆਤਮਾ ਦਾ ਰਾਮ ਆਤਮਾ ਵਿੱਚ ਜਿਹੜਾ ਰਮਿਆ ਹੋਇਆ ਹੈ ਉਹ ਰਾਮ ਰਮਿਆ ਹੋਇਆ ਹੈ ਵੱਖ ਨਹੀਂ ਹੈ ਇਹਨੇ ਕੀ ਆਤਮਾ ਵਖ ਹੈ ਤੇ ਪ੍ਰਮਾਤਮਾ ਵਖ ਹੈ ਉਹ ਪਰਮ ਆਤਮਾ ਵਖਰੀ ਆਤਮਾ ਵਿੱਚ ਰਹੀਏ ਇਹ ਆਤਮ ਚੀ ਰਾਮ ਰਵਿਆ ਹੋਇਆ ਇਸ ਕਰਕੇ ਗੁਰਬਾਣੀ ਨੇ ਤਾਂ ਤਾਂ ਆਤਮ ਰਾਮ ਦੀ ਗੱਲ ਕੀਤੀ ਹਰ ਆਤਮ ਰਾਮ ਪਸਾਰੇ ਆਸwami ਸਰਬ ਪ੍ਰਿਆ ਪਰਪੂਰੇ ਜਿੰਨੀਆਂ ਆਤਮਾਵਾਂ ਨੇ ਉਹਨਾਂ ਚ ਰਾਮ ਹੀ ਤਰਮਿਆ ਹੋਇਆ ਰਾਮ ਤੋਂ ਬਿਨਾ ਕੌਣ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਲਲੀ ਸੰਪੂਰਨthia ਰਾਮ ਬ੍ਰਹਮ ਦੀ ਸੇ ਬ੍ਰਹਮ ਸੁਣੀਏ ਇੱਕ ਇੱਕ ਵਖਾਣੀ ਹੈ ਆਤਮ ਪਸਾਰਾ ਕਰਨੇ ਹਾਰਾ ਪ੍ਰਭ বিনা ਨਹੀਂ ਜਾਣੀ ਆਤਮ ਦਾ ਇਤਿਪਸਾਰ ਹੈ ਹਰ ਆਤਮ ਚ ਰਾਮ ਹੀ ਤੇ ਰਮਿਆ ਰਾਮ ਆਪਣੀ ਆਤਮਾ ਤੋਂ ਵਖ ਨਹੀਂ ਹੈ ਕਿਸੇ ਜੀਵ ਤੋਂ ਵਖ ਨਹੀਂ ਉਹ ਵਖਰਾ ਕਿਤੇ ਸਮਾਂ ਦੇ ਉਪਰ ਦਰਬਾਰ ਸੁ ਜਾ ਕੇ ਨਹੀਂ ਬੈਠਾ ਹੋਇਆ ਆਤਮਮ ਚ ਰਮਿਆ ਹੋਇਆ ਹੈ ਆਤਮ ਰਾਮ ਆਤਮਮ ਚ ਰਮਿਆ ਹੋਇਆ ਆਤਮਾ ਦਾ ਰਾਮ ਜਿਹੜਾ ਪ੍ਰਭੂ ਹੈ ਲਿਹੋ ਪ੍ਰਵਾਣ ਇੱਥੇ ਪ੍ਰਵਾਣ ਦੇ ਅਰਥ ਕੀਤੇ ਨੇ ਪਰੋ ਲਵੋ ਉਸ ਆਤਮ ਰਾਮ ਨੂੰ ਪ੍ਰਵਾਨ ਕਰ ਲਓ ਕਿ ਉਹ ਮੇਰੇ ਅੰਦਰ ਹੀ ਹੈ ਇਹਨੂੰ ਮੰਨ ਲਓ ਪ੍ਰਵਾਨ ਕਰ ਲਓ ਮੰਨ ਲਓ ਕਬੂਲ ਕਰ ਲਓ ਕਿ ਮੇਰੀ ਆਤਮਾ ਦੇ ਵਿੱਚ ਹੀ ਰਾਮ ਹੈ ਆਤਮਾ ਦੇ ਰਾਮ ਨੂੰ ਪ੍ਰਵਾਨ ਕਰ ਲਓ ਆਤਮ ਰਾਮ ਲਿਹੋ ਪ੍ਰਵਾਨ ਛੁੱਟੇ ਸੰਸਾਰ ਮਿਟ ਜਾਏ ਦੁੱਖ ਉਹਦੇ ਨਾਲ ਕੀ ਹੋਏਗਾ ਸੰਸਾਰ ਮੇਲੇ ਸਹਿਮ ਸਹਿਮ ਮੁੱਕ ਜਾਏਗਾ ਦਾਰ ਖਤਮ ਹੋ ਜਾਏਗਾ ਜਿਹੜੇ ਸਹਿਮ ਬਣੇ ਨੇ बनेगा मेरी जिंदगी कि कोई रब बैठा ज बाद हिसाब तो करेगा नरक देठा हो सहम शंके खत्म हो जाएंगे मिट जाए दुख सारे दुख समाप्त हो जाएगे जो तो प्रभु ही अंदर प्रगट हो गया प्रवान कर लिया मेरे अंदर है उस रब न साझ बन गई फिर दुख कहदा ਸੁਨ ਸਰੋਵਰ ਪਾਵੋ ਸੁਖ ਇੱਥੇ ਸੁਨ ਦਾ ਭਾਵ ਜੋਗੀਆਂ ਵਾਲੀ ਸੁਨ ਦੀ ਅਵਸਥਾ ਨਹੀਂ ਇੱਥੇ ਗੱਲ ਕਿ ਸੁਨ ਦੀ ਅਵਸਥਾ ਮਿਲ ਜਾਏਗੀ ਇੱਥੇ ਸੁਨ ਸਾਡਾ ਪੰਜਾਬੀ ਵਾਲਾ ਸ਼ਬਦ ਹੈ ਸੁਨ ਮਸੁਨ ਸੁਨਿਆ ਹੋ ਜਾਣਾ ਮਨੋ ਘਰ ਚੋਂ ਜੀ ਚਲੇ ਗਏ ਘਰ ਸੁਨਣਾ ਹੋ ਗਿਆ ਸੁਨ ਮਸੁਨ ਪਰਤ ਗਈ ਜੀ ਸੁਨ ਮਸੁਨ ਪਸਰ ਗਈ ਸੁਨ ਸੁਨ ਭਾਵ ਸੁਨਿਆ ਉਹ ਸੁਨਿਆ ਜਿੱਥੇ ਉਹਨੂੰ ਕੋਈ ਵਿਕਾਰ ਰਹਿੰਦਾ ਹੀ ਨਹੀਂ ਹੈ ਵਿਕਾਰ ਚਲੇ ਗਏ ਛੱਡ ਕੇ ਕਾਮ ਕ੍ਰੋਧ ਨਹੀਂ ਰਹਿੰਦੇ ਲੋਭ ਮੋਹ ਹੰਕਾਰ ਨਹੀਂ ਰਹਿੰਦੇ ਵਿਕਾਰ ਦੌਰ ਗਏ ਸੁੰਝ ਪਸਰ ਗਈ ਵਿਕਾਰਾਂ ਵੱਲ ਹੁਣ ਵਿਕਾਰ ਨਹੀਂ ਜਿੱਥੇ ਆਂਦੇ ਸੁੰਨ ਸਰੋਵਰ ਤਾਬੋ ਸੁਖ ਸਰੋਵਰ ਦੇ ਰਾਰੇ ਨੂੰ ਸਿਆਰੀ ਸਰੋਵਰ ਵਿੱਚ ਤਾਬੋ ਸੁਖ ਹੁਣ ਉਸ ਰੱਬੀ ਸਰੋਵਰ ਵਿੱਚ ਜਿੱੱਭੀ ਲਾ ਸਕੋਗੇ ਤੇ ਸੁਖ ਪ੍ਰਾਪਤ ਹੋ ਜਾਣਗੇ ਸੁੱਖਾਂ ਨੂੰ ਮਾਣ ਲਓ ਵਿਕਾਰਾਂ ਵੱਲੋਂ ਜਦੋਂ ਸੁੰਨ ਪਸਰ ਗਈ ਰੱਬੀ ਗਿਆਨ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਜਿਹਨੂੰ ਅੰਮ੍ਰਿਤ ਕੁੰਟ ਵੀ ਕਿਹਾ ਉਹ ਕਿੱਥੇ ਹੈ ਅੰਤਰਖੂਤਾ ਅੰਮ੍ਰਿਤ ਪਰਿਆ ਸ਼ਬਦਾਂ ਕਾੜ ਪੀ ਆਪਣੇ ਹਾਰੀ ਉਹ ਅੰਮ੍ਰਿਤ ਦਾ ਸਰੋਵਰ ਕਿੱਥੇ ਹੈ ਨੌਨਿਤ ਅੰਮ੍ਰਿਤ ਪ੍ਰਭ ਦਾ ਨਾਮ ਤੇਹੀ ਮਹਿਸ ਦਾ ਵਿਸਰਾਮ ਉਹ ਸਰੋਵਰ ਕਿੱਥੇ ਹੈ ਉਹ ਅੰਦਰ ਹੀ ਅੰਮ੍ਰਿਤ ਦਾ ਖੂ ਕਰਹੀ ਮੈਂ ਅੰਮ੍ਰਿਤ ਭਰਪੂਰ ਹੈ ਉਸ ਅੰਮ੍ਰਿਤ ਵਿੱਚ ਚੁੰਮੀ ਮਾਰਨੀ ਹੈ ਉਹਨਾਂ ਗੁਣਾਂ ਦੇ ਵਿੱਚ ਚੁੰਮੀ ਮਾਰਨੀ ਹੈ ਸੱਚ ਦੇ ਵਿੱਚ ਨਿਮਰਤਾ ਵਿੱਚ ਪ੍ਰੇਮ ਦੇ ਵਿੱਚ ਦਇਆ ਦੇ ਵਿੱਚ ਇਹਨਾਂ ਵਿੱਚ ਜਦੋਂ ਚੁੱਭੀ ਮਾਰਾਂਗੇ ਤੇ ਸੁੱਖ ਆਪੇ ਮਿਲ ਜਾਣਗੇ ਸੱਚ ਬੋਲਾਂਗਾ ਦਇਆ ਕਰਾਂਗਾ ਮਿੱਠਾ ਬੋਲਾਂਗਾ ਨਿਮਰਤਾ ਧਾਰਨ ਕਰਾਂਗਾ ਤੇ ਸੁਖੀ ਹੋ ਜਾਵਾਂਗਾ ਵਿਕਾਰਾਂ ਮਲੋਂ ਸੁੰਨ ਹੋ ਜਾਏਗੀ ਰੱਬੀ ਗੁਣਾ ਦੇ ਵਿੱਚ ਚੁੱਭੀ ਮਾਰ ਕੇ ਇਹ ਜੀਵ ਸੁੱਖਾਂ ਨੂੰ ਹਾਸਲ ਕਰ ਲੋ ਸੁੰਨ ਸਰੋਵਰ ਪਾਵ ਸੁਖ ਆਤਮਿਕ ਸੁੱਖ ਮਾਣ ਲੋ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਅਗਲੀ ਤਿਤਾਗੀ ਅਸ਼ਟਮੇ 8ਵੀਂ ਤਰੀਕ ਭਗਤ ਜੀ ਆਖਦੇ ਨੇ 8ਵੀਂ ਤਿਥ ਜੜੀ ਹੈ ਇੱਕ ਗੱਲ ਸਮਝਾ ਰਹੀ ਹੈ ਤੁਹ ਕੁ ਉਪਦੇਸ਼ ਲੈ ਲੈ ਕਿ ਇਹ ਕਾਇਆ ਅਸ਼ਟ ਤਾਤ ਮਨੇ ਅੱਠਾਂ ਤਾਤਾਂ ਦੀ ਹੈ ਇਹਦੇ ਚ ਰਸ ਵੀ ਹੈ ਲਹੂ ਵੀ ਹੈ ਮਾਸ ਵੀ ਹੈ ਮਿੱਦਾ ਵੀ ਹੈ ਮਿਜ ਵੀ ਹੈ ਹੱਡੀਆਂ ਵੀ ਨੇ ਵੀਰਜ ਵੀ ਹੈ ਨਾੜੀਆਂ ਵੀ ਨੇ ਇਹ ਅੱਠ ਤਾਤ ਮੰਨੀਆਂ ਗਈਆਂ ਅਸ਼ਟਾਤ ਕੀ ਕਾਇਆ ਤਾਂ ਅੱਠ ਤਾਤਾਂ ਦਾ ਸਰੀਰ ਬਣਿਆ ਹੋਇਆ ਹੈ ਇਹ ਤੇ ਹੈ ਪਦਾਰਥ ਪਰ ਇਹਦੇ ਵਿੱਚ ਇੱਕ ਹੋਰ ਵੀ ਚੀਜ਼ ਹੈ ਤਾਂ ਮੈਂ ਅਕਲ ਮਹਾ ਨਿਦਰਾਇਆ ਤਾਂ ਮੈਨੇ ਉਸ ਇਹਨੂੰ ਤਾਂ ਨਹੀਂ ਪੜਨਾ ਤਾਂ ਦਾ ਯੋਜਕ ਕਨਜੰਕਸ਼ਨ ਤਾਂ ਮੈਂ ਕੰਮ ਕਰਾਂਗਾ ਜੀਆ ਹੋਏਗਾ ਜੇ ਮੈਂ ਭੋਜਨ ਖਾਵਾਂਗਾ ਤਾਂ ਮੈਂ ਬਾਣੀ ਪੜਾਂਗਾ ਉਹ ਤਾਂ ਨਹੀਂ ਇਥੇ ਤਾਂ ਮੈਨੇ ਉਸ ਤਾਂ ਮੈਂ ਮੈਨੇ ਉਸ ਵਿੱਚ ਉਸ ਸਰੀਰ ਦੇ ਵਿੱਚ ਆ ਜਿਹੜਾ ਸਰੀਰ ਇਸ ਸਰੀਰ ਦੇ ਵਿੱਚ ਕੀ ਹੈ ਅਕਲ ਜੇ ਦੀ ਕੋਈ ਖਾਸ ਕੋਲ ਨਹੀਂ ਹੈ ਮਹਾਨਿਤ ਨਿਤ ਮੈਨੇ ਖਜ਼ਾਨਾ ਮਹਾਨ ਖਜ਼ਾਨਾ ਰਾਇਆ ਰਾਇਆ ਮੈਨੇ ਰਾਜਾ ਪ੍ਰਭੂ ਆ ਜਿੰਨੂੰ ਤੂੰ ਕਹਿੰਦਾ ਸਰੀਰ ਤੇ ਜੀ ਇਹਦੇ ਚ ਤੇ ਜੀ ਹੱਡੀਆਂ ਨੇ ਮਿਜ ਹੈ ਲਹੂ ਵੈ ਆ ਹੈ ਓ ਵੈ ਹਨਗੇ ਤੇ ਰਬ ਦਾ ਸੋਨਾ ਕਰ ਰਹਿ ਜੋਗਿ ਨੇ ਇਹ ਕੁਝ ਕੀਤਾ ਤੇ ਹੱਡੀਆਂ ਚੰ ਮਾਸ ਇਹ ਰੁਕਾਵਟ ਨੇ ਉਹਨਾਂ ਨੇ ਦੁੱਖ ਦਿੱਤਾ ਸਰੀਰ ਨੂੰ ਕਸ਼ਟ ਦਿੱਤੇ ਕਦੀ ਵਰਤ ਰੱਖੇ ਸਰੀਰ ਨੂੰ ਭੁੱਖਾ ਰੱਖਿਆ ਕਦੀ ਕੰਡਿਆਂ ਦੇ ਉੱਪਰ ਬੈਠ ਕੇ ਸਰੀਰ ਨੂੰ ਦੁੱਖ ਦਿੱਤਾ ਕਦੀ ਅੱਗ ਬਾਲ ਕੇ ਧੁਨੀਆ ਤਾਪ ਕੇ ਸਰੀਰ ਨੂੰ ਸਾੜਿਆ ਕਦੀ ਠੰਡੇ ਪਾਣੀ ਚ ਖਲਬ ਦੇ ਭਾਰ ਖੜੇ ਹੋਏ ਇਹ ਦੀ ਰੁਕਾਵਟ ਰੱਬ ਦੇ ਮਲਾਪ ਚ ਇਹ ਤੇ ਨਾਸ਼ਮਾਨ ਹੈ ਸਰੀਰ ਗੁਰੂ ਜੀ ਕਹਿੰਦੇ ਠੀਕ ਹੈ ਮੰਨ ਲਿਆ ਨਾਸ਼ਮਾਨ ਹੈ ਸਾਧੂ ਇਹ ਤਾਂ ਮਿੱਥਿਆ ਜਾਨੋ ਉਥੇ ਆਮ ਲੋਕਾਂ ਨੂੰ ਨਹੀਂ ਕਿਹਾ ਸਾਧਾ ਨੂੰ ਕਿਹਾ ਜਿਹੜੇ ਕਹਿੰਦੇ ਨੇ ਸਰੀਰ ਨਾਸ਼ਮਾਨ ਹੈ ਇਹਦੀ ਨਾਲ ਅਸੀਂ ਕਿਉਂ ਸਾਜ ਪਾਣੀ ਗੁਰੂ ਜੀ ਕਹਿੰਨ ਕਿ ਠੀਕ ਹੈ ਮੰਨ ਲਿਆ ਸਾਧੋ ਇਹ ਤਾਂ ਮਿੱਥਿਆ ਜਾਨੋ ਇਹਨੂੰ ਨਾਸ਼ਵਨ ਸਮਝੋ ਪਰ ਅਗਲੀ ਗੱਲ ਸਮਝ ਲਓ ਯਾ ਭੀਤਰ ਜੋ ਰਾਮ ਵਸਤ ਹੈ ਸੱਚੋ ਤਾਂ ਇਹ ਪਛਾਨੋ ਜਿਸ ਮਿੱਥਿਆ ਤੰਦੇ ਅੰਦਰ ਰਾਮ ਵਸ ਰਿਹਾ ਉਹਨੂੰ ਪਛਾਨ ਲਓ ਹੁਣ ਝੌਂਪੜੀ ਹੋਵੇ ਇਹਦਾ ਮਤਲਬ ਤੇ ਝੌਂਪੜੀ ਮੈਂ ਅੱਗ ਲਾ ਕੇ ਸਾੜਦੇ ਆ ਜਿਸ ਝੌਂਪੜੀ ਚ ਮੇਰਾ ਮਿੱਤਰ ਵਸਦਾ ਹੈ ਨਾ ਉਹ ਝੌਂਪੜੀ ਵੀ ਮਹਿਲਾਂ ਤੋਂ ਘੱਟ ਨਹੀਂ ਹੈ ਜਿਸ ਦਿਨ ਪਤਾ ਲੱਗ ਜਾਏਗਾ ਇਹਨਾਂ ਅੱਠ ਤਾਂ ਦੀ ਕਾਇਆ ਦੇ ਵਿੱਚ ਮੇਰਾ ਰੱਬ ਵਸਦਾ ਹੈ ਫਿਰ ਇਹ ਹੱਡ ਚਾ ਮਾਸ ਦਾ ਪੁੱਤਲਾ ਨਹੀਂ ਰਹਿ ਜਾਏਗਾ ਇਹ ਸੋਨੇ ਦਾ ਕਿਲਾ ਹੋ ਜਾਏਗਾ ਜਿਹਦੇ ਵਿੱਚ ਮੇਰਾ ਰੱਬ ਵਸਦਾ ਹੈ ਗੁਰਮੁਖ ਢੂੰਡ ਢੁਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ੍ਹ ਵਿੱਚ ਹਰ ਹਰ ਸਿੱਧਾ ਇੱਕ ਕੰਚਨ ਸੋਨੇ ਦਾ ਕਿਲਾ ਬਣ ਗਿਆ ਇਹ ਕਾਇਆ ਕੰਚਨ ਕਾਇਆ ਕੋਟਗੜ੍ਹ ਕਿਉਂ ਵਿੱਚ ਹਰ ਹਰ ਸਿੱਧਾ ਇਹਦੇ ਵਿੱਚ ਮੈਂ ਰੱਬ ਨੂੰ ਸਿੱਧ ਕਰ ਲਿਆ ਪ੍ਰਾਪਤ ਕਰ ਲਿਆ ਇਹਨੂੰ ਕਸ਼ਟ ਨਾ ਦੋ ਇਦੇ ਵਿੱਚ ਹੀ ਪ੍ਰਭੂ ਹੈ ਉਹਨੂੰ ਪ੍ਰਗਟ ਕਰੋ ਇਹ ਕਿਵੇਂ ਹੋਏਗਾ ਪ੍ਰਗਟ ਗੁਰਗਮ ਗਿਆਨ ਬਤਾਵੇ ਪੇਦ ਗੁਰ ਮੈਨੇ ਗੁਰੂ ਗਮ ਮੈਨੇ ਗਮਨ ਕਰਨਾ ਜਾਣਾ ਇੱਥੇ ਗੁਰਗਮ ਦਾ ਭਾਵ ਜਿਹੜਾ ਗਿਆ ਹੋਇਆ ਗੁਰੂ ਪਹੁੰਚ ਵਾਲਾ ਗੁਰੂ ਜਿਹੜਾ ਗੁਰੂ ਉਸ ਰੱਬ ਤੱਕ ਪਹੁੰਚ ਗਿਆ ਜਿਹਨੇ ਸਤਨ ਦੇ ਅੰਦਰ ਹੀ ਉਸ ਪ੍ਰਭੂ ਨੂੰ ਜਾਣ ਲਿਆ ਉਹ ਹੈ ਗੁਰਗਮ ਪਹੁੰਚ ਵਾਲਾ ਗੁਰੂ ਗਿਆਨ ਉਸ ਗੁਰੂ ਦਾ ਗਿਆਨ ਬਤਾਵੇ ਭੇਤ ਗੁਰੂ ਭੇਤ ਦੱਸ ਦਿੰਦਾ ਹੈ ਗੁਰੂ ਦਾ ਗਿਆਨ ਇਹ ਭੇਤ ਦੇ ਦਿੰਦਾ ਹੈ ਉਹ ਗੁਰੂ ਜਿਹੜਾ ਪਹੁੰਚ ਗਿਆ ਜਿਸ ਇਨਸਾਨ ਨੂੰ ਉਹ ਪਹੁੰਚ ਵਾਲਾ ਗੁਰੂ ਮਿਲ ਜਾਏ ਤੇ ਉਹਦਾ ਗਿਆਨ ਪ੍ਰਾਪਤ ਹੋ ਜਾਏ ਉਹ ਗੁਰੂ ਦੇ ਗਿਆਨ ਦਾ ਇਹ ਭੇਤ ਮਿਲ ਜਾਂਦਾ ਹੈ ਗੁਰੂ ਦਾ ਗਿਆਨ ਇੱਕ ਰਾਸ ਦੱਸ ਦਿੰਦਾ ਹੈ ਕਿ ਉਹ ਅੰਦਰ ਹੀ ਹੈ ਉਲਟਾ ਰਹੇ ਅਪੰਗ ਅਛੇ ਕਿ ਉਹ ਉਲਟਾ ਮਨੇ ਉਲਟ ਕੇ ਹੁਣ ਦੇ ਦਾ ਮੋ ਜਾਂ ਦੇ ਦੇ ਨਾਲ ਨਫ਼ਰਤ ਛੱਡ ਕੇ ਨਾ ਹੁਣ ਮੋਹ ਕਰਦਾ ਇਹਨਾਂ ਨਫ਼ਰਤ ਕਰਦਾ ਉਹਨੂੰ ਪਤਾ ਵੀ ਇਹਦੇ ਅੰਦਰ ਪ੍ਰਭੂ ਮੈਂ ਉਹਦੇ ਨਾਲ ਜੁੜਨਾ ਹੈ ਉਲਟ ਜਾਂਦਾ ਇਹੋ ਦੋ ਤਰ੍ਹਾਂ ਦੇ ਲੋਕ ਨੇ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਦੇਖਿਆ ਕਿ ਮੰਦਰ ਦੇ ਅੰਦਰ ਭਗਵਾਨ ਹੈ ਤੇ ਮੰਦਰ ਦੇ ਆਲੇ ਦੁਆਲੇ ਦੀਵਾਰਾਂ ਨੇ ਤੇ ਲੋਕ ਦੀਵਾਰਾਂ ਨੂੰ ਮੱਥੇ ਟੇਕਦੇ ਨੇ ਦੀਵਾਰਾਂ ਨੂੰ ਪੂਜਦੇ ਨੇ ਦੀਵਾਰਾਂ ਰੁਕਾਵਟ ਨੇ ਭਗਵਾਨ ਤੱਕ ਜਾਣ ਲਈ ਉਹਨਾਂ ਲੋਕਾਂ ਨੇ ਕੀ ਕੀਤਾ ਕੁਦਾਲੀਆਂ ਫੜ ਲਈਆਂ ਦੀਵਾਰਾਂ ਢਾਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਲੋਕੋ ਨੇ ਜਿਹੜੇ ਮੰਦਰ ਅੰਦਰ ਗਏ ਨਹੀਂ ਬਾਹਰੋਂ ਦੀਵਾਰਾਂ ਨੂੰ ਮੱਥੇ ਟੇਕ ਰਹੇ ਨੇ ਦੂਜੇ ਲੋਕੋ ਨੇ ਜਿਹੜੇ ਦੀਵਾਰਾਂ ਨੂੰ ਢਾਰ ਰਹੇ ਨੇ ਵੀ ਇਹ ਰੁਕਾਵਟ ਅੰਦਰ ਭਗਵਾਨ ਤੱਕ ਵੀ ਨਹੀਂ ਪਹੁੰਚੇ ਸਰੀਰ ਉਹ ਮੰਦਰ ਹੈ ਜਿਹਦੀਆਂ ਦੀਵਾਰਾਂ ਸਰੀਰ ਨੇ ਅੰਦਰ ਭਗਵਾਨ ਹੈ ਕਾਇਆ ਹਰ ਮੰਦਰ ਸਾਜੀ ਹੈ ਸਰੀਰ ਮੰਦਰ ਦੇ ਵਿੱਚ ਰੱਬ ਬੈਠਾ ਹੈ ਭੋਗੀ ਲੋਕੋ ਨੇ ਜਿਹੜੇ ਸਰੀਰ ਦੀਆਂ ਦਿਵਾਰਾਂ ਨੂੰ ਪੂਜਣ ਲੱਗ ਪਏ ਮੱਥੇ ਟੇਕਣ ਲੱਗ ਪਏ ਇਹਨੂੰ ਵਧੀਆ ਭੋਜਨ ਵਧੀਆ ਕੱਪੜੇ ਵਧੀਆ ਸੁਖ ਸਾਧਨ ਲਿਆ ਕੇ ਦਿੱਤੇ ਸਰੀਰ ਦੀ ਪੂਜਾ 'ਚ ਜ਼ਿੰਦਗੀ ਗੁਜ਼ਰ ਗਈ। ਜੋਗੀ ਲੋਕ ਸਰੀਰ ਦੀਵਾਰਾਂ ਤੱਕ ਉਲਝ ਗਏ। ਜੋਗੀ ਲੋਕ ਉਹਨਾਂ ਨੇ ਦੇਖਿਆ ਸਰੀਰ ਰੁਕਾਵਟ ਹੈ ਉਸ ਸਰੀਰ ਦੀਵਾਰਾਂ ਨੂੰ ਤੋੜਨ ਤੇ ਲੱਗ ਗਏ। ਕਦੀ ਵਰਤ ਰੱਖ ਕੇ ਸਰੀਰ ਨੂੰ ਕਸ਼ਟ ਦਿੰਦੇ ਨੇ ਕਦੀ ਭੁੱਖੇ ਰੱਖ ਕੇ ਕਦੀ ਅੱਗ ਵਿੱਚ ਸਾੜ ਕੇ। ਹੁਣ ਜਿਹੜਾ ਧਰਮੀ ਪੁਰਖ ਹੈ ਉਲਟਾ ਰਹੇ। ਪਰਤ ਜਾਂਦਾ ਹੈ ਉਲਟ ਜਾਂਦਾ ਹੈ ਨਾ ਤੇ ਉਹ ਸੀ ਦੀਵਾਰਾਂ ਨੂੰ ਮੱਥੇ ਟੇਕਦਾ ਫਿਰਦਾ ਹੈ ਨਾ ਤੋੜਦਾ ਫਿਰਦਾ ਉਹ ਉਹਦੇ ਅੰਦਰ ਚਲਾ ਜਾਂਦਾ ਹੈ ਆ ਭੰਗ ਅਛੇਦ ਉਹਨੂੰ ਉਹ ਰੱਬ ਮਿਲ ਜਾਂਦਾ ਹੈ ਜਿਹੜਾ ਭੰਗ ਦਾਸ਼ ਨਾ ਹੋਵੇ ਅਵਨਾਸ਼ੀ ਅਛੇਦ ਜਿਹੜਾ ਵਿੰਨਿਆ ਨਾ ਜਾ ਸਕੇ ਉਸ ਪ੍ਰਭੂ ਦੇ ਨਾਲ ਉਹਦੀ ਸਾਥ ਬਣ ਜਾਂਦੀ ਹੈ ਐਸੇ ਪ੍ਰਭੂ ਨਾਲ ਉਹ ਜੁੜ ਜਾਂਦਾ ਹੈ ਨੌਵੀਂ ਨਵੇਂ ਦਵਾਰ ਕੋ ਸਾਥ ਜਦੋਂ 9 ਤਰੀਕ ਆਈ ਸੇਖ ਪਤਕਵੀਰ ਜੀ ਆਖਦੇ ਨੇ 9 ਤਰੀਕ 10 ਤਰੀਕ ਹੈ ਅੱਜ ਇਹ 9 ਦਵਾਰਾਂ ਵਾਲਾ ਸਰੀਰ ਹੈ ਨਾ ਇਹਨੂੰ ਸਾਧ ਕੇ ਜਿਹੜਾ 9 ਦਰਵਾਜੇ ਅੱਖਾਂ ਨੱਕ ਕੰਨ ਮੂੰਹ ਗੁਦਾ ਆਦਿਕ ਜਿਹੜੇ ਨੇ ਇਹਨਾਂ ਨੂੰ ਸਾਧ ਕੇ ਇਹਨਾਂ ਨੂੰ ਵਸ ਵਿੱਚ ਕਰਕੇ ਅੱਖਾਂ ਪਰ ਤਨ ਪਰ ਰੂਪ ਨਾ ਦੇਖਣ ਵਸ ਵਿੱਚ ਆ ਜਾਣ ਕੰਨ ਨਿੰਦਿਆ ਚੁਗਲੀ ਨਾ ਸੁਣਨ ਜ਼ਬਾਨ ਝੂਠ ਨਾ ਬੋਲੇ ਬਹਿਤੀ ਮਨਸਾ ਰੱਖੋ ਬਾਂਧ ਮਨਸਾ ਮਨੇ ਮਨ ਪਲੱਸ ਆਸ਼ਾ ਮਨ ਦੀਆਂ ਆਸ਼ਾਵਾਂ ਜਿਹੜੀਆਂ ਬੰਧੀਆਂ ਨੇ ਆਦੀ ਮਿਲ ਜਾਏ ਉਹ ਵੀ ਮਿਲ ਜਾਏ ਜਿਉਂ ਸਵੇਰ ਤੋਂ ਆ ਇੰਦਰੀ ਸਵੇਰ ਤੋਂ ਆ ਮੰਦੀਆਂ ਅਸ਼ਾਮਾਂ ਬੋਲਣੀਆਂ ਸ਼ੁਰੂ ਕਰ ਦਿੰਦੀਆਂ ਨੇ ਉੱਠਦੇ ਆਸਾਰ ਗਰਮ ਪਾਣੀ ਚਾਹੀਦਾ ਨਾਲ ਲਈ ਫਲਾਣੀ ਜਲ ਚਾਹੀਦੀ ਫਲਾਣਾ ਸਾਬਨ ਚਾਹੀਦਾ ਹੈ ਫਿਰ ਕੱਪੜੇ ਪ੍ਰੈਸ ਕੀਤੇ ਹੋਈ ਚਾਹੀਦੇ ਨੇ ਪਰੌਂਠੇ ਚਾਹੀਦੇ ਨੇ ਖਾਣ ਵਾਸਤੇ ਫਿਰ ਜਾਣ ਵਾਸਤੇ ਗੱਡੀ ਚਾਹੀਦੀ ਹੈ ਫਰੀਦਾ ਇਹ ਤਨ ਭੌਂਕਣਾ ਨਿਤਨਿਤ ਦੁਖੀ ਹੈ ਕੌਣ ਕੌਣ ਰੋਜ਼ ਨੂੰ ਦੁਖੀ ਹੰਦਾ ਫਰੇ ਇਸ ਥੀਰ ਭੌਂਕਦਾ ਰਹਿੰਦਾ ਆ ਵੀ ਚਾਹੀਦਾ ਵੀ ਚਾਹੀਦਾ ਮੈਂ ਕੀ ਕੀਤਾ ਕਿੰਨੀ ਬੁੱਝੇ ਦੇ ਰਹਾ ਕੁੱਤੀ ਵਗੈ ਪਾਉਣ ਜਿੰਨਾ ਮਰਜ਼ੀ ਬੋਲਦਾ ਰਵੇ ਮੈਂ ਦੀਆਂ ਲੋੜਾਂ ਪੂਰੀਆਂ ਕਰ ਦੇਵਾਂਗਾ ਇਹਦੀਆਂ ਆਸ਼ਾਵਾ ਨਹੀਂ ਪੂਰੀਆਂ ਕਰਾਂਗਾ ਮੈਂ ਦੀ ਗੱਲ ਹੀ ਸੁਣਨੀ ਬੰਦ ਕਰ ਕੰਨਾਂ ਚੀਰੂ ਦੇ ਫੰਦੇ ਪਾ ਲੇ ਆ ਜਿਹੜੀ ਮਨ ਦੀਆਂ ਆਸ਼ਾਵਾ ਵਹਿ ਰਹੀਆਂ ਨੇ ਇਹਨਾਂ ਦੀ ਆ ਵੀ ਮਿਲ ਜਾਏ ਉਹ ਵੀ ਮਿਲ ਜਾਏ ਬਹਿਤੀ ਮਨਸਾ ਰੱਖੋ ਬਾਂਧ ਇਹਨੂੰ ਬੰਨ ਕੇ ਰੱਖ ਲੋ ਅਧੀਨ ਕਰ ਲੋ ਲੋਭ ਮੋਹ ਸਭ ਵਿਸਰਜਾ ਹੋ ਲੋਭ ਤੇ ਮੋਹ ਆਦਿਕ ਜਿਹੜੇ ਨੇ ਇਹ ਭੁੱਲੀ ਜਾਣ ਜ਼ਿੰਦਗੀ ਵਿੱਚੋਂ जुग जुग जीवो अमर फल खावो हमेशा नहीं जीते नाम रूपी अमृत फल खा लो रबी गुणा रूपी अमृत फल खा लो हम इतने शरीर की गल थोड़ी है कि शरीर करके जुग जुग आत्मक अर्थ करने पैणगे ना आत्मक तौर से जीते रहोगे झूठ बोल के मरोगे नहीं किसी का हक मार के जमीर नहीं मारोगे चोरी करके इंसानियत नहीं मरेगी हम सच बोल के जीते रहोगे किसी गरीब की मदद करके ਜਮੀਰ ਜਿੰਦਾ ਰਹੇਗੀ ਇਨਸਾਨੀਤ ਜਿੰਦੀ ਰਹੇਗੀ ਆਖਰੀ ਸਾਹ ਤੱਕ ਜਿਉਂਦੇ ਰਹੋਗੇ ਰੱਬੀ ਗੁਣਾ ਦੇ ਉਸ ਫਲ ਨੂੰ ਖਾ ਲੋ ਜਿਹੜਾ ਅਮਰ ਕਰ ਦਿੰਦਾ ਹੈ ਵਿਕਾਰਾਂ ਚ ਕਦੀ ਮਰਨ ਨਹੀਂ ਦਿੰਦਾ ਦਸਵੀਂ ਦਹਿਦਿਸ਼ ਹੋਏ ਆਨੰਦ ਜਦੋਂ 10 ਤਰੀਕ ਆਈ ਦਸਵੀਂ ਦਹਿਦਿਸ਼ ਹੋਏ ਆਨੰਦ ਦਹਿਦਿਸ਼ ਮਨੇ 10 ਦਸ਼ਾਵਾਂ ਦੇ ਵਿੱਚ ਹੁਣ ਇੱਥੇ 10 ਦਸ਼ਾਵਾਂ ਆ ਗਈਆਂ ਜੀ ਪਹਿਲਾਂ 6 ਦਸ਼ਾਵਾਂ ਦਾ ਜ਼ਿਕਰ ਆਇਆ ਸੀ ਦਹਿਦਿਸ਼ ਮਨੇ ਸਾਰੇ ਪਾਸੇ ਸਾਰੇ ਸੰਸਾਰ ਦੇ ਵਿੱਚ ਹੋਏ ਅਨੰਦ ਹੁਣ ਸਾਰੇ ਸੰਸਾਰ ਦੇ ਵਿੱਚ ਆਨੰਦੀ ਆਨੰਦ ਨਜ਼ਰ ਆਉਂਦਾ ਹੈ ਆਨੰਦੀ ਆਨੰਦ ਮਿਲਦਾ ਹੈ ਹਰਥਾਂ ਤੇ ਰੱਬੀ ਤੇ ਦੁਸਤਾ ਹੈ ਛੂਟੇ ਪਰਮ ਮਿਲੇ ਗੋਪਿੰਦ ਹੁਣ ਪਰਮ ਛੁੱਟ ਗਿਆ ਇਹ ਮੇਰਾ ਉਹ ਤੇਰਾ ਇਹ ਆਪਣਾ ਇਹ ਬੇਗਾਨਾ ਤੇ ਉੱਚੇ ਏ ਨੀਚੇ ਇਹ ਮਿੱਤਰ ਇਹ ਦੁਸ਼ਮਣ ਹੁਣ ਗੋਬਿੰਦ ਮਿਲ ਗਿਆ ਕਿ ਸਾਰੇ ਵਿੱਚ ਰੱਬ ਹੀ ਤੇ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ज्योत स्वरूपी तत् अनूप ज्योत स्वरूपी ज्योत ਦੇ ਰੂਪ ਵਾਲਾ ਜਿਹੜਾ ਨਿਹਰਾ ਨੂਰ ਹੀ ਹੈ ਪ੍ਰਕਾਸ਼ ਹੈ ਪ੍ਰਕਾਸ਼ ਮੈਨੇ ਗਿਆਨ ਅ ਗਿਆਨਤਾ ਹੈ ਅੰਤਕਾਰ ਹੁਣ ਗਿਆਨ ਹੀ ਗਿਆਨ ਹੈ ਉਹ ਗਿਆਨ ਰੂਪੀ ਪ੍ਰਭੂ ਤਤ ਅਨੂ ਤਤ ਮੈਨੇ ਜਿਹੜਾ ਸਾਰਿਆਂ ਦਾ ਤਤ ਮੁੱਢ ਹੈ ਅਸਲਾ ਹੈ अनੂਪ ਅਨ ਪਲਸ ਉਪ ਉਪ ਮੈਨੇ ਉਪਮਾ ਅਨ ਮੈਨੇ ਨਾ ਹੋ ਸਕੇ ਜਿਹਦੀ ਉਪਮਾ ਨਾ ਹੋ ਸਕੇ ਜਿਹਦੀ ਸਿਫਤ ਅਸੀਂ ਕਰ ਹੀ ਨਹੀਂ ਸਕਦੇ ਉਹ ਅਨੂਪ ਹੁਣ ਉਸ ਪ੍ਰਭੂ ਨਾਲ ਸਾਝ ਬਣ ਗਈ ਜਿਹੜਾ ਸਾਰੇ ਤਰਫ ਪ੍ਰਕਾਸ਼ ਰੂਪ ਹੈ ਜਗਤ ਦਾ ਮੂਡ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ ਅਮਲ ਨਾ ਮਲ ਛਾ ਨਹੀਂ ਤੂਪ ਅਮਲ ਮਲ ਤੋ ਰਹੇ ਨਾ ਮਲ ਜਿਹੜਾ ਮੈਲਾ ਨਹੀਂ ਹੁੰਦਾ ਵਿਕਾਰਾਂ ਵਿੱਚ ਮੈਲਾ ਨਹੀਂ ਹੁੰਦਾ ਨਾ ਛਾ ਨਹੀਂ ਤੂਪ ਨਾ ਛਾ ਮੈਨੇ ਜਿੱਥੇ ਅਗਿਆਨਤਾ ਦਾ ਹਨੇਰਾ ਨਹੀਂ ਜਿੱਥੇ ਵਿਕਾਰਾਂ ਦੀ ਧੁੱਪ ਨਹੀਂ ਹੁਣ ਉਹ ਅਵਸਥਾ ਮਿਲ ਗਈ ਜਿੱਥੇ ਅਗਿਆਨਤਾ ਦਾ ਹਨੇਰਾ ਨਹੀਂ ਹੈ ਵਿਕਾਰਾਂ ਦੀ ਤਪਸ਼ ਸਾੜਦੀ ਨਹੀਂ ਹੈ ਹੁਣ ਚਾਰੇ ਤਰਫ ਆਨੰਦ ਆਨੰਦ ਪ੍ਰਬੋਹੀ ਨજર ਆਉਂਦਾ ਹੈ ਦਸਮੀ ਦਹਿਦਿਸ਼ ਹੋਏ ਆਨੰਦ ਛੂਟੈ ਪਰਮ ਮਿਲੇ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਮਲ ਨਛਾ ਨਹੀਂ ਤੂ ਇਨੀਆਂ ਬੇਨਤੀਆਂ ਕਰਵਾਨ ਕਰਨੀਆਂ ਜੀ ਹੋਈਆਂ ਬੇਨਤ ਪੂਰਾ ਕਿਮਾਤ ਕਰਨੀ ਹੈ ਫਤੇਬ lao ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ